ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ ਚੋਣਾਂ ਹੋਣ ਜਾ ਰਹੀਆਂ ਨੇ ਚੋਣਾਂ ਤੋਂ ਪਹਿਲਾਂ ਦੀਆਂ ਜਿਹੜੀਆਂ ਤਿਆਰੀਆਂ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਉਹਨਾਂ ਤਿਆਰੀਆਂ ਵੱਲੋਂ ਜਦੋਂ ਤੁਸੀਂ ਸਾਰੇ ਜਾਣੇ ਮੈਂ ਵੀ ਵੇਖਦਾ ਜਦੋਂ ਉੱਥੇ ਬਹੁਤ ਹੀ ਜ਼ਿਆਦਾ ਜਿੱਥੇ ਹਾਸਾ ਆਉਂਦਾ ਉੱਥੇ ਬਹੁਤ ਹੀ ਜ਼ਿਆਦਾ ਤਰਸ ਵੀ ਆਉਂਦਾ ਹਾਸਾ ਇਸ ਗੱਲ ਨੂੰ ਲੈ ਕੇ ਆਉਂਦਾ ਕਿ ਜਿਹੜੇ ਉਮੀਦਵਾਰ ਪਹਿਲਾਂ ਤੋਂ ਚਾਹੇ ਉਹ ਜਿੱਤੇ ਹੋਏ ਨੇ ਖਾਸ ਕਰਕੇ ਜਿਹੜੇ ਹੋਰ ਨਵੇਂ ਚਾਹੁੰਦੇ ਆ ਕਿ ਸਾਨੂੰ ਵੀ ਇੱਕ ਵਾਰਾ ਮੌਕਾ ਮਿਲ ਜਾਵੇ ਅਸੀਂ ਵੀ ਸੱਤਾ ਦਾ ਕੋਈ ਸੁੱਖ ਭੋਗ ਲਈਏ ਅਸੀਂ ਵੀ ਕੋਈ ਐਮਐਲਏ ਬਣ ਜਾਈਏ ਅਸੀਂ ਵੀ ਕੋਈ ਮਨਿਸਟਰ ਬਣ ਜਾਈਏ ਅਸੀਂ ਵੀ ਵਜ਼ੀਰੀਆਂ ਭੋਗ ਲਈਏ ਜਦੋਂ ਉਹ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਜਾਂਦੇ ਆ ਤੇ ਆਮ ਲੋਕਾਂ ਨੂੰ ਇਹ ਗੱਲ ਕਹਿੰਦੇ ਆ ਕਿ ਅਸੀਂ ਸੇਵਾ ਕਰਨੀ ਚਾਹੁੰਨੇ ਹਾਂ ਅਸੀਂ ਸਮਾਜ ਦੀ ਸੇਵਾ ਕਰਨੀ ਚਾਹੁੰਨੇ ਆ ਅੱਛਾ ਹੁਣ ਜਿਹੜਾ ਲੋਕਾਂ ਨੇ ਤੇ ਸਮਾਜ ਦੀ ਕਰਨੀ ਆ ਸੇਵਾ ਉਹਨਾਂ ਨੂੰ ਕਿਸੇ ਵੀ ਪਾਰਟੀ ਵਿੱਚ ਜਾਣ ਦੀ ਲੋੜ ਨਹੀਂ ਮੈਂ ਤਾਂ ਇਹ ਸਮਝਦਾ ਹਾਂ ਕਿ ਜਿਹੋ ਜਿਹਾ ਮਾਹੌਲ ਹੈਗਾ 75-76 ਵਰੇ ਇਸ ਮੁਲਕ ਨੂੰ ਕਹਿੰਦੇ ਆਜ਼ਾਦ ਹੋਿਆਂ ਨੂੰ ਹੋ ਗਿਆ 75-76 ਵਰਿਆਂ ਦੇ ਵਿੱਚ ਤੁਸੀਂ ਮੈਨੂੰ ਇਮਾਨਦਾਰੀ ਦੇ ਨਾਲ ਕਮੈਂਟ ਕਰਕੇ ਦੱਸਿਓ ਕਿ ਕਿੰਨੀਆਂ ਇੱਕ ਸਰਕਾਰਾਂ ਨੇ ਔਰ ਕਿੰਨੇ ਇੱਕ ਮੰਤਰੀ ਸੰਤਰੀ ਅੱਜ ਤੱਕ ਹੋਏ ਨੇ ਕਿਸੇ ਟਾਵੇਂ ਵਿਰਲੇ ਨੂੰ ਛੱਡ ਕੇ ਜਿਨ੍ਹਾਂ ਨੇ ਸੱਤਾ ਦੇ ਸੁੱਖ ਨੂੰ ਮਾਣਦਿਆਂ ਹੋਇਆਂ ਕਿਸੇ ਅਹੁਦੇ ਦੇ ਉੱਪਰ ਰਹਿੰਦਿਆਂ ਹੋਇਆਂ ਸਮਾਜ ਦੀ ਕੋਈ ਬਹੁਤ ਜ਼ਿਆਦਾ ਵੱਡੀ ਸੇਵਾ ਕੀਤੀ ਹੋਵੇ ਇੱਕ ਪਾਸੇ ਉਹ ਲਿਸਟ ਰੱਖ ਲਿਓ ਔਰ ਦੂਏ ਪਾਸੇ ਉਹ ਲਿਸਟ ਰੱਖ ਲਿਓ ਜਿਨ੍ਹਾਂ ਲੋਕਾਂ ਨੇ ਸੱਤਾ ਵਾਲੇ ਬੰਦੇ ਨੂੰ ਮੂੰਹ ਵੀ ਨਹੀਂ ਕੀਤਾ ਕਿਸੇ ਵੀ ਕੁਰਸੀ ਵੱਲੋਂ ਮੂੰਹ ਨਹੀਂ ਕੀਤਾ ਕਿਸੇ ਵੀ ਸਿਆਸੀ ਪਾਰਟੀ ਦੇ ਮੋਹਰੇ ਜਾ ਕੇ ਤਰਲੇ ਨਹੀਂ ਕੱਡੇ ਵਕ-ਵਕ ਢੰਗ ਤਰੀਕਿਆਂ ਦੇ ਨਾਲ ਕਿ ਸਾਨੂੰ ਟਿਕਟ ਦੇ ਦਿਓ ਉਹਨਾਂ ਨੇ ਬਹੁਤ ਹੀ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਨੇ ਸਮਾਜ ਦਾ ਭਲਾ ਕਰਨ ਦੇ ਵਿੱਚ ਉਹਨਾਂ ਨੇ ਬਟਵੁੱਲਾ ਯੋਗਦਾਨ ਪਾਇਆ ਚਾਹੇ ਉਹ ਇੱਥੇ ਪੰਜਾਬ ਦੇ ਵਿੱਚ ਨੇ ਪੰਜਾਬੋਂ ਬਾਹਰ ਵਕ-ਵਕ ਸੂਬਿਆਂ ਵਿੱਚ ਨੇ ਤੇ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਉਂ ਨਾ ਰਹਿੰਦੇ ਹੋਣ ਲਿਸਟ ਬੜੀ ਲੰਬੀ ਰਹੀ ਹੈ ਜੇ ਮੈਂ ਉਧਰਲੇ ਪਾਸੇ ਨੂੰ ਜਾਊਂਗਾ ਤਾਂ ਇੱਕ ਵੱਖਰਾ ਹੀ ਉਹ ਟੌਪਿਕ ਹੈ ਪਰ ਜਿਹੜੀ ਗੱਲਬਾਤ ਕਰਨ ਵਾਸਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੋਇਆ ਉਹ ਇਹ ਹੈ ਕਿ ਜਦੋਂ ਹੁਣ ਦੁਬਾਰਾ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਚੋਣਾਂ ਦੀਆਂ ਤਿਆਰੀਆਂ ਆਹੀ ਹੋ ਰਹੀਆਂ ਨੇ ਕਿ ਇੱਕ ਜਣਾ ਇਧਰੋਂ ਉੱਛਲ ਕੇ ਉਧਰ ਨੂੰ ਜਾ ਰਿਹਾ ਔਰ ਜਿਹੜਾ ਪਹਿਲਾਂ ਤੋਂ ਹੈਗਾ ਕਾਬਜ਼ ਜਾਂ ਜਿਹੜਾ ਦੁਬਾਰਾ ਸਰਕਾਰ ਬਣਾਉਣ ਦਾ ਚਾਅ ਉਹਦੀ ਕੋਸ਼ਿਸ਼ ਹੈ ਕਿ ਦੂਜੀ ਪਾਰਟੀ ਦਾ ਬੰਦਾ ਪੱਟ ਕੇ ਆਪਣੀ ਪਾਰਟੀ ਵਾਲੇ ਪਾਸੇ ਨੂੰ ਲੈ ਆਈਏ ਸੋ ਇਸ ਤਰੀਕੇ ਦੇ ਨਾਲ ਖਰੀਦੋ ਫਰੋਖਤ ਹੋ ਰਹੀ ਹੈ ਤੁਸੀਂ ਸੋਚ ਕੇ ਵੇਖੋ ਇੱਕ ਉਹ ਬੰਦੇ ਜਿਹੜੇ ਪਹਿਲਾਂ ਤੋਂ ਹੀ ਸੱਤਾ ਦਾ ਸੁੱਖ ਭੋਗ ਰਹੇ ਨੇ ਮੈਂ ਕਿਸੇ ਦਾ ਪਾਰਟੀ ਕੋਲ ਨਾਂ ਨਹੀਂ ਲੈਣਾ ਹੈਗਾ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਿਓ ਤੇ ਆਪੇ ਹੀ ਸਮਝਿਓ ਕਿਉਂਕਿ ਆਪਾਂ ਕਿਸੇ ਦਾ ਨਾਂ ਕਿਉਂਕਿ ਆਪਣਾ ਟੌਪਿਕ ਕੁਝ ਹੋਰ ਹੈਗਾ ਤੁਸੀਂ ਆਪੇ ਹਿਸਾਬ ਤਵਜਾ ਲਾ ਕੇ ਵੇਖ ਲਿਓ ਕਿ ਜਿਹੜੇ ਬੰਦੇ ਪਹਿਲਾਂ ਤੋਂ ਹੀ ਸੱਤਾ ਦੇ ਉੱਪਰ ਕਾਬਜ ਹੈਗੇ ਨੇ ਜਿਹੜੇ ਪਹਿਲਾਂ ਤੋਂ ਹੀ ਜਿੱਤੇ ਹੋਏ ਨੇ ਪਹਿਲਾਂ ਤੋਂ ਹੀ ਮੰਤਰੀ ਸੰਤਰੀ ਜਾਂ ਐਮਐਲਏ ਕੁਝ ਨਾ ਕੁਝ ਹੈਗੇ ਆ ਜਦੋਂ ਉਹ ਛੜਪਾ ਮਾਰ ਕੇ ਕਿਸੇ ਦੂਜੀ ਪਾਰਟੀ ਵਿੱਚ ਜਾਂਦੇ ਨੇ ਤਾਂ ਸੋਚ ਕੇ ਵੇਖੋ ਅੰਦਾਜ਼ਾ ਲਗਾ ਕੇ ਵੇਖੋ ਕਿ ਕੀ ਉਹ ਸੇਵਾ ਕਰਨ ਵਾਸਤੇ ਗਏ ਹੋਣਗੇ ਜਾਂ ਤੁਸੀਂ ਸੋਚ ਕੇ ਵੇਖੋ ਕਿ ਕੱਡਾ ਵੱਡਾ ਉਹਨਾਂ ਨੇ ਆਪਣਾ ਮੁੱਲ ਪਾਇਆ ਹੋਊਗਾ ਕਿ ਮੈਂ ਇੰਨਾ ਮੁੱਲ ਰੱਖਦਾ ਜੀ ਆਪਣਾ ਆਗੇ ਉਹਨਾਂ ਨੇ ਕਿੰਨਾ ਮੁੱਲ ਤਾਰਿਆ ਹੋਊਗਾ ਤੇ ਫਿਰ ਉਹਨਾਂ ਨੇ ਉਹਨੂੰ ਖਰੀਦ ਲਿਆ ਹੂੰਗਾ ਹੁਣ ਜਦੋਂ ਇੱਕ ਪਾਰਟੀ ਨੇ ਕਿਸੇ ਦੂਜੀ ਪਾਰਟੀ ਦਾ ਪੱਟਿਆ ਹੋਇਆ ਬੰਦਾ ਖਰੀਦ ਲਿਆ ਤਾਂ ਹੁਣ ਜਦੋਂ ਖਰੀਦੋ ਫਿਰੋਕਤ ਹੁੰਦੀ ਹੈ ਤਾਂ ਉਸ ਵੇਲੇ ਫਿਰ ਵਪਾਰੀ ਲੋਕ ਕੀ ਕਰਦੇ ਹੁੰਦੇ ਭਲਾ ਉਹਨਾਂ ਨੇ ਤਾਂ ਜਿਹੜਾ ਸੌਦਾ ਦੇਖੋ ਜੀ ਜਿਹੜੇ ਪੈਸੇ ਲਗਾਏ ਹੈਗੇ ਆ ਲਾਏ ਆ ਪਹਿਲਾਂ ਤੇ ਪੈਸਿਆਂ ਦੀ ਵਸੂਲੀ ਕਰਨੀ ਆ ਉਹਨਾਂ ਨੇ ਤਾਂ ਜਿਹੜੀ ਸੇਵਾ ਵਾਲੀ ਗੱਲ ਆ ਨਾ ਉਹ ਤੇ ਬਹੁਤ ਪਿੱਛੇ ਰਹਿ ਜਾਂਦੀ ਹੈ ਐਦਾਂ ਹੀ ਸਿਰਾਂ ਦੇ ਉੱਪਰ ਭੱਗਾ ਜਿਨ੍ਹਾਂ ਦੇ ਔਰ ਸਾਬਤ ਸੂਰਤ ਵੇਖਣ ਨੂੰ ਲੱਗਦੇ ਨੇ ਭਈ ਇਹ ਵਧੀਆ ਗੁਰਸਿੱਖ ਨੇ ਉਹ ਵੀ ਇੱਥੇ ਪੰਜਾਬ ਦੀ ਗੱਲ ਆਪਾਂ ਕਰ ਲੈਂਦੇ ਆ ਟੁਕ ਮਾਤਰ ਟੌਪਿਕ ਮੇਰਾ ਹੋਰ ਹੈ ਜੀ ਮੈਂ ਉੱਥੇ ਨੂੰ ਜਾਊਗਾ ਜਿਨ੍ਹਾਂ ਦੇ ਚਿਹਰੇ ਮੋਰੇ ਵੇਖ ਕੇ ਅੱਜ ਦੁਨੀਆ ਇਹ ਗੱਲ ਸਮਝਦੀ ਹੈ ਕਿ ਗੁਰੂ ਪਿਆਰੇ ਸਿੱਖ ਆ ਗਏ ਪੱਗਾਂ ਵਾਲੇ ਸਰਦਾਰ ਆ ਗਏ ਨੇ ਹੁਣ ਸਾਨੂੰ ਕਿਸੇ ਗੱਲ ਦਾ ਕੋਈ ਖਤਰਾ ਨਹੀਂ ਹੈ ਇਹਨਾਂ ਲੋਕਾਂ ਨੇ ਸਾਡੇ ਮੂੰਹ ਦੇ ਵਿੱਚ ਬੁਰਕੀਆਂ ਵੀ ਪਾਉਣੀਆਂ ਨੇ ਕਿਉਂਕਿ ਬਹੁਤ ਸਾਰੇ ਇਦਾਂ ਦੇ ਸੂਰਬੀਰ ਬਹਾਦਰ ਯੋਧੇ ਗੁਰੂ ਕੇ ਪਿਆਰੇ ਸਿੱਖ ਹੈਗੇ ਨੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਭਾਵੇਂ ਕਿਉਂ ਨਾ ਤਰਾਸਦੀ ਆਈ ਹੋਵੇ ਉਸ ਤਰਾਸਤੀ ਦੇ ਵਿੱਚ ਜਾ ਕੇ ਉਹਨਾਂ ਨੇ ਲੋਕਾਂ ਦੇ ਮੂੰਹ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਬੁਰਕੀਆਂ ਪਾ ਕੇ ਤੇ ਪੂਰੀ ਦੀ ਪੂਰੀ ਸਿੱਖ ਕੌਮ ਦੀ ਇੱਕ ਇਮੇਜ ਭਈ ਐਦਾਂ ਦੇ ਹੁੰਦੇ ਨੇ ਸਿੱਖ ਉਹਨਾਂ ਨੇ ਉਹਨਾਂ ਤੱਕ ਪੁੱਜਦੀ ਕੀਤੀ ਹੈ ਔਰ ਦੂਏ ਬੰਨੇ ਆਪਣੇ ਹੀ ਘਰ ਪੰਜਾਬ ਦੇ ਵਿੱਚ ਉਹ ਜਿਹੇ ਹੀ ਚਿਹਰੇ ਮੋਹਰਿਆਂ ਵਾਲਿਆਂ ਨੇ ਆਪਣੇ ਆਪ ਨੂੰ ਇਹ ਅਖਵਾਇਆ ਕਿ ਅਸੀਂ ਬਾਬੇ ਨਾਨਕ ਦੀ ਤੱਕੜੀ ਵਾਲੇ ਹਾਂ ਜਿਨ੍ਹਾਂ ਨੇ ਇਹ ਅਖਵਾਇਆ ਕਿ ਅਸੀਂ ਰਾਜ ਨਹੀਂ ਸੇਵਾ ਜਿਨ੍ਹਾਂ ਨੇ ਇਦਾਂ ਦੇ ਨਾਰੇ ਦਿੱਤੇ ਸੀਗੇ ਜਿਹੜੇ ਹੁਣ ਅੱਜ ਕੱਲ ਫੇਰ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਜਿਹੜੇ ਪਿਛੇ ਤਿੰਨ ਸੀਟਾਂ ਤੇ ਸਿਮਟ ਕੇ ਰਹੇਗੇ ਸੀਗੇ ਜਿਹੜੇ ਆਪਣੇ ਮੋਢਿਆਂ ਦੇ ਉੱਪਰ ਲੱਦ ਕੇ ਆਰਐਸਐਸ ਅਤੇ ਬੀਜੇਪੀ ਦੀ ਵਿਚਾਰਧਾਰਾ ਨੂੰ ਆਪਣੇ ਪਿੰਡਾਂ ਤੱਕ ਆਪਣੇ ਸੱਭਿਆਚਾਰ ਦੇ ਉੱਪਰ ਹਾਵੀ ਹੋ ਲੈਣ ਦੇ ਵਾਸਤੇ ਲੈ ਕੇ ਆਈ ਸਗੇ ਕਿ ਆਓ ਅਸੀਂ ਤੁਹਾਨੂੰ ਆਪਣੇ ਮੋਢਿਆਂ ਦੇ ਉੱਪਰ ਲੱਦ ਕੇ ਆਪਣੇ ਪੰਜਾਬ ਦੇ ਵਿੱਚ ਲੈ ਕੋਨੇ ਆ ਸਾਡੇ ਖੇਤਾਂ ਤੱਕ ਵੀ ਤੁਸੀਂ ਪਹੁੰਚੋ ਸਾਡੀਆਂ ਰਸੋਈਆਂ ਤੱਕ ਪਹੁੰਚੋ ਸਾਡੇ ਸਕੂਲਾਂ ਤੱਕ ਪਹੁੰਚੋ ਸਾਡੇ ਬੱਚਿਆਂ ਦੇ ਦਿਲੋਂ ਦਿਮਾਗ ਦੇ ਉੱਪਰ ਤੁਸੀਂ ਆਪਣੀ ਵਿਚਾਰ ਧਾਰਾ ਨੂੰ ਚੰਗੀ ਤਰ੍ਹਾਂ ਐਨ ਜਿੱਦਾਂ ਮਰਜ਼ੀ ਛਾ ਦਿਓ ਉਹਨੂੰ ਉਹਨਾਂ ਨੇ ਉਹ ਜਿਹੜੀ ਵਿਚਾਰ ਧਾਰਾ ਸੀਗੀ ਦਿਮਾਗਾਂ ਦੇ ਵਿੱਚ ਐਨ ਘਸੇੜ ਦਿੱਤੀ ਲਿਆਣ ਲਿਆਣ ਕੇ ਉਹਨਾਂ ਨੇ ਇੱਕ ਬੰਨੇ ਉਹ ਲੋਕ ਨੇ ਹੁਣ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਕਮੈਂਟ ਕਰਕੇ ਦੱਸਿਓ ਵੀ ਕੀ ਤੁਹਾਨੂੰ ਲੱਗਦਾ ਕਿ ਉਹ ਲੋਕ ਰਾਜ ਨਹੀਂ ਸੇਵਾ ਕਰਨ ਦੇ ਚਾਹਵਨ ਹੋਣਗੇ ਅੱਛਾ ਸੇਵਾ ਜਦੋਂ ਤੁਸੀਂ ਕਰਨ ਵਾਲੇ ਬੰਦੇ ਨੂੰ ਤੁਰਦੇ ਹੋ ਨਾ ਤਾਂ ਤੁਹਾਡਾ ਪਿਛਲਾ ਕੀਤਾ ਹੋਇਆ ਕੰਮ ਆਪ ਬੋਲ ਕੇ ਦੱਸਦਾ ਕਿ ਇਸ ਬੰਦੇ ਨੇ ਸੇਵਾ ਕੀਤੀ ਹੈ ਜਦੋਂ ਬੀਬੀਆਂ ਨਾ ਉਹ ਝਾੜੂ ਲਾਉਂਦੀਆਂ ਨੇ ਵਿਹੜੇ ਦੇ ਵਿੱਚ ਤਾਂ ਉਸ ਵੇਲੇ ਗਲੀ ਦੇ ਜਿਹੜੇ ਦਰਖਤਾਂ ਦੇ ਪੱਤੇ ਪੁੱਤੇ ਖਿਲਰੇ ਹੁੰਦੇ ਆ ਹੋਰ ਧੂੜ ਜਾਂ ਹੋਰ ਜੋ ਵੀ ਅਟਰਮ ਪਟਰਮ ਛਟਰਮ ਖਲਾਰਾ ਖਲੂਰਾ ਜਿੰਦਾ ਵੀ ਹੁੰਦਾ ਹੈਗਾ ਜਦੋਂ ਬੀਬੀ ਨਾ ਅੱਧੇ ਇੱਕ ਵਿਹੜੇ ਵਿੱਚ ਝਾੜੂ ਲਾ ਹਟੇ 10 15 ਮਿੰਟ ਬੀਤ ਜਾਣ ਤੇ ਆਂਡਣ ਗਵਾਂਡਣ ਜੇ ਕੋਈ ਆ ਜਾਵੇ ਕਰੇ ਤਾਂ ਉਹ ਆਖੇ ਕਿ ਕੀ ਕਰਦੀ ਸੀਗੀ ਉਹ ਕਹਿੰਦੀ ਮੈਂ ਝਾੜੂ ਲਾਉਂਦੀ ਸੀਗੀ ਤਾਂ ਬੀਬੀ ਆਸੇ ਪਾਸੇ ਝਾਤ ਮਾਰ ਕੇ ਅੰਦਾਜ਼ਾ ਲਾ ਕੇ ਦੱਸਦੀ ਕਿ ਨਹੀਂ ਹਾਂ ਇਹ ਬਿਲਕੁਲ ਸੱਚ ਬੋਲਦੀ ਐ ਇਹ ਝਾੜੂ ਹੀ ਲਗਾ ਰਹੀ ਸੀਗੀ ਇਹ ਸਫਾਈ ਹੀ ਕਰ ਰਹੀ ਸੀਗੀ ਮੇਰੇ ਕਹਿਣ ਦਾ ਭਾਵ ਇਹ ਐ ਕਿ ਪਿਛਲੇ 5-7 ਮਿੰਟ ਦਾ ਜਿਹੜਾ ਤੁਹਾਡਾ ਕੀਤਾ ਹੋਇਆ ਕੰਮ ਹਨ ਬੋਲ ਕੇ ਦੱਸਦਾ ਕਿ ਇਹ ਬੰਦਾ ਪਹਿਲਾਂ ਕਰ ਕੀ ਰਿਹਾ ਸੀ ਤਾਂ ਮੈਂ ਆਮ ਲੋਕਾਂ ਨੂੰ ਇਸ ਮੁਲਕ ਦੇ ਕੱਲੇ ਪੰਜਾਬਦਿਆਂ ਦੀ ਗੱਲ ਨਹੀਂ ਕਰਨੀ ਚਾਹੁੰਦਾ ਹੁਣ ਇੱਥੇ ਕੱਲਾ ਕੋਈ ਇਹ ਨਾ ਆਖਿਓ ਭਈ ਕਾਲੀਆਂ ਤੇ ਕੱਲਾ ਤਵਾ ਲਾ ਗਿਆ ਬਾਕੀਆਂ ਨੂੰ ਬਾਕੀਆਂ ਦੀ ਵੀ ਗੱਲ ਵਿੱਚ ਹੀ ਕਰਦੇ ਆ ਜਿਹੜੇ ਆਪਣੇ ਆਪ ਨੂੰ ਕਾਂਗਰਸ ਪਾਰਟੀ ਵਾਲਿਆਂ ਸੀ ਅਸੀਂ ਪੁਰਾਣੀ ਪਾਰਟੀਆਂ ਅਸੀਂ ਜਦੋਂ ਇੱਥੇ ਅੰਗਰੇਜ਼ ਸੀਗੇ ਅਸੀਂ ਉਦੋਂ ਵਾਲੇ ਹੈਗੇ ਆ ਅਸੀਂ ਫਲਾਨੀ ਚਲੋ ਜੋ ਵੀ ਹੈਗਾ ਮੈਂ ਵੱਡੇ ਵੱਡੇ ਆਗੂਆਂ ਦੇ ਨਾਂ ਲੈਣ ਲੱਗਾ ਸੀਗੇ ਜਿਹੜੇ ਸ਼ੁਰੂ-ਸ਼ੁਰੂ ਵਿੱਚ ਇਸ ਮੁਲਕ ਦੇ ਜਦੋਂ ਉੱਪਰ ਕਾਬਜ਼ ਹੋਏ ਸੀਗੇ ਉਹ ਮੈਂ ਉਹਨਾਂ ਦੀ ਗੱਲ ਕਰਨ ਲੱਗਾ ਸੀਗਾ ਖੈਰ ਉਹਨਾਂ ਨੇ ਵੀ ਕਿਹੜੀ ਸੇਵਾ ਕੀਤੀ ਭਲਾ ਸਿੱਖਾਂ ਦੇ ਮੁਕੱਦਸ ਸਥਾਨ ਦੇ ਉੱਪਰ ਟੈਂਕਾਂ ਦੇ ਤੋਪਿਆਂ ਨਾਲ ਹਮਲਾ ਕੀਤਾ ਸਿਕਾ ਕੋਈ ਇਨਸਾਫ ਨਹੀਂ ਜਿਨ੍ਹਾਂ ਨੇ ੱੱਕੇ ਸ਼ਾਇਆ ਵਧਕੀਆਂ ਜੈਨੋਸਾਈਡ ਕੀਤਾ ਉਹਨਾਂ ਨੂੰ ਉਹਨਾਂ ਨੇ ਆਪਣੀ ਪਾਰਟੀ ਬਲੋਂ ਟਿਕਟਾਂ ਦੇ ਦੇ ਕੇ ਨਵਾਜਿਆ ਸਿਕਾ ਉਹਨਾਂ ਦੀ ਵੀ ਗੱਲ ਕਰ ਲੈਣੇ ਮਤ ਇਹ ਮੈਂ ਗੱਲ ਤਾਂ ਆਖੀਆ ਕਿ ਵੀਰੇ ਸੱਜਣਾ ਕਈ ਕਹਿਣ ਲੱ ਪੈਂਦੇ ਆ ਕਿ ਇਹ ਪੱਤਰਕਾਰ ਕਾਂਗਰਸ ਦਾ ਲੱਗਦਾ ਇਹ ਪੱਤਰਕਾਰ ਆਕਾਲੀਆਂ ਦਾ ਲੱਗਦਾ ਇਹ ਪੱਤਰਕਾਰ ਆਮ ਆਦਮੀ ਪਾਰਟੀ ਦਾ ਲੱਗਦਾ ਹੁਣ ਜਾਂਦੇ ਜਾਂਦੇ ਆਮ ਆਦਮੀ ਪਾਰਟੀ ਦੀ ਵੀ ਮੜੀ ਗੱਲ ਕਰ ਲੈਣੇ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆ ਹੁਣ ਕੇਜਰੀਵਾਲ ਚਲ ਗਿਆ ਨਾ ਅੰਦਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਜਿਹੜੀ ਫਾਈਲ ਵਾ ਰਿਹਾਈ ਵਾਲੀ ਉਹਦੇ ਉੱਤੇ ਕੇਵਲ ਤੇ ਕੇਵਲ ਅਰਵਿੰਦ ਕੇਜਰੀਵਾਲ ਸੁਪਰੀਮੋ ਹੈਗੇ ਨੇ ਜੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਸਾਈਨ ਹੋਣੇ ਬਾਕੀ ਸੀਗੇ ਤੇ ਪ੍ਰੋਫੈਸਰ ਸਾਹਿਬ ਦੀ ਰਿਹਾਈ ਪੱਕੀ ਹੋ ਜਾਣੀ ਆ ਪਰ ਉਹਨਾਂ ਨੇ ਸਾਈਨ ਹੀ ਨਹੀਂ ਕੀਤੇ ਐਨੇ ਕਿ ਸ਼ੁਭਚਿੰਤਕ ਨੇ ਜੀ ਉਹ ਪੰਜਾਬੀ ਉਹ ਤੁਹਾਡੇ ਗੁਰਸਿੱਖੋ ਤੁਹਾਡੇ ਉਹਨਾਂ ਦੇ ਹਾਲਾਤ ਤੁਸੀਂ ਵੇਖ ਲਓ ਇੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਜ਼ਿਕਰ ਥੋੜਾ ਜਿਹਾ ਜ਼ਰੂਰ ਕਰ ਦੇਵਾਂ ਕਈ ਬੰਦੇ ਕਹਿਣਗੇ ਯਾਰ ਇਹਨੂੰ ਛੱਡ ਗਿਆ ਪੰਜਾਬ ਦੀ ਗੱਲ ਹੁਣ ਉਹ ਯਾਰ ਉਹ ਗੱਲ ਇਹ ਕੀ ਕਰਨੀ ਹੈਗੀ ਆ ਇੱਕੋ ਲਾਈਨ ਦੇ ਵਿੱਚ ਬੰਦਾ ਸਮਝ ਜਾਂਦਾ ਹੁੰਦਾ ਵੀ ਕੌਣ ਕਿਸ ਟਾਈਪ ਦੀ ਗੱਲ ਕਰ ਰਿਹਾ ਤੇ ਕੀ ਕਿਸੇ ਖਾਸ ਬੰਦੇ ਦੇ ਖਾਤੇ ਵਿੱਚ ਭੁਗਤਾਨ ਦੀ ਜਾਂ ਕਿਸੇ ਖਾਸ ਸਿਆਸੀ ਪਾਰਟੀ ਦੇ ਖਾਤੇ ਵਿੱਚ ਭੁਗਤਾਨ ਵਾਲੀ ਗੱਲ ਕਰ ਰਿਹਾ ਜਾਂ ਨਿਰਪੱਖ ਜਿਹੀ ਗੱਲ ਕਰ ਰਿਹਾ ਅੰਦਾਜ਼ਾ ਲਾ ਸਕਦੇ ਹੁੰਨੇ ਹੋ ਅਰੇ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ دیਵਾਨ ਲੱਗੇ ਹੋਣ ਉੱਥੇ ਸ਼ਰਾਬ ਪ ਬੀ ਕੇ ਕਹਿ ਲੋ ਜਾਂ ਡੱਫ ਕੇ ਕਹਿ ਲੋ ਉੱਥੇ ਚਲਾ ਜਾਵੇ ਉਹਦੇ ਤੋਂ ਕੀ ਉਮੀਦਾਂ ਕੀਤੀਆਂ ਜਾ ਸਕਦੀਆਂ ਨੇ ਆਪਾਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਪੰਜਾਬ ਦੇ ਲੋਕ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰ ਰਹੇ ਨੇ ਉਹਨਾਂ ਸੰਘਰਸ਼ ਕਰਨ ਵਾਲਿਆਂ ਦੇ ਕੋਲ ਤ ਜਾ ਕੇ ਬਹਿੰਦੇ ਨਹੀਂ ਜਦੋਂ ਸੱਤਾ ਦੇ ਵਿੱਚ ਨਹੀਂ ਸਿਗੇ ਆਏ ਉਸ ਵੇਲੇ ਦਰਿਆ ਤੇ ਜਾ ਕੇ ਬਹਿੰਦੇ ਵੀ ਰਹੇ ਆ ਹੁਣ ਜਦੋਂ ਲੋਕ ਸੰਘਰਸ਼ ਕਰ ਰਹੇ ਆ ਉਸ ਵੇਲੇ ਉਹਨਾਂ ਦੇ ਨਾਲ ਤਾਂ ਜਾ ਕੇ ਬਹਿੰਦੇ ਨਹੀਂ ਪਰ ਜਦੋਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸ਼ਰਾਬ ਘੁਟਾਲਾ ਮਾਮਲੇ ਦੇ ਵਿੱਚ ਉਸ ਵੇਲੇ ਫਿਰ ਪਿੱਛੇ ਵਿੱਚ ਦਿੱਲੀ ਜ਼ਰੂਰ ਪਹੁੰਚ ਜਾਂਦੇ ਆ ਉਹਨਾਂ ਦੇ ਹੱਕ ਦੇ ਵਿੱਚ ਜ਼ਰੂਰ ਜਦੋਜਹਿਦ ਕਰ ਰਹੇ ਨੇ ਆਜੋ ਜੀ ਹੁਣ ਮੇਨ ਟਾਪਿਕ ਦੇ ਉੱਪਰ ਆਉਨੇ ਆ ਜਿਹੜੀ ਗੱਲ ਕਰਨ ਵਾਸਤੇ ਖਾਸ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੋਇਆ 75 ਸਾਲ 77 ਵਰੇ ਇਸ ਮੁਲਕ ਨੂੰ ਕਹਿੰਦੇ ਆਜ਼ਾਦ ਹੋਇਆ ਨੂੰ ਹੋ ਚੁੱਕੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਜਿੰਨੀਆਂ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਸਤਾ ਹੰਢਾ ਚੁੱਕੇ ਨੇ ਆਪਾਂ ਹੁਣ ਦੀ ਗੱਲ ਕਰ ਲੈਨੇ ਆ ਪਿਛਲੇ ਸਾਰੀਆਂ ਸਾਰੀਆਂ ਦੀ ਗੱਲ ਕਰ ਲਿਓ ਜੀ ਤੁਸੀਂ ਮੈਨੂੰ ਸੋਚ ਕੇ ਦੱਸਿਓ ਕਮੈਂਟ ਕਰਕੇ ਦੱਸਿਓ ਕਿ ਕੀ ਦਿਨੋਂ ਦਿਨ ਇਸ ਮੁਲਕ ਨੇ ਤਰੱਕੀ ਕੀਤੀ ਹੈ ਜਾਂ ਦਿਨੋਂ ਦਿਨ ਹਾਲਾਤ ਬਦਰ ਨਾਲੋਂ ਬੱਤਰ ਹੋਏ ਨੇ ਕਮੈਂਟ ਕਰਕੇ ਦੱਸਿਓ ਇਮਾਨਦਾਰੀ ਨਾਲ ਕਮੈਂਟ ਕਰਕੇ ਦੱਸਿਓ ਮੈਂ ਤੁਹਾਨੂੰ ਆਪਦੇ ਬਾਰੇ ਪਹਿਲਾਂ ਦੱਸ ਹਟਿਆ ਕਿ ਮੈਂ ਇੱਕ ਪੱਤਰਕਾਰ ਬਿਲਕੁਲ ਨਿਰਪੱਖ ਕਿਸੇ ਦਾ ਕੋਈ ਪੱਖ ਨਹੀਂ ਜੀ ਕੇਵਲ ਸੱਚ ਦੀ ਗੱਲ ਕਰ ਰਿਹਾ ਕਿਸੇ ਸਿਆਸੀ ਪਾਰਟੀ ਤੋਂ ਹਰ ਇੱਕ ਚੀਜ਼ ਤੋਂ ਲਾਂਬੇ ਹੋ ਕੇ ਇਮਾਨਦਾਰੀ ਨਾਲ ਕਮੈਂਟ ਕਰਕੇ ਦੱਸਿਓ ਭਾਵੇਂ ਇਹ ਇਹ ਗੱਲ ਕਹਿੰਦੇ ਨੇ ਕਿ ਅੱਛੇ ਦਿਨ ਆਉਣਗੇ ਅੱਛਾ ਮੈਂ ਅੱਗੇ ਅੱਗੇ ਨਾ ਸੋਚਦਾ ਹੁੰਦਾ ਸੀਗਾ ਤੁਹਾਡੇ ਵਿੱਚੋਂ ਵੀ ਕਈ ਬੰਦੇ ਸੋਚਦੇ ਹੋਣਗੇ ਕਈ ਬੰਦੇ ਪਈ ਅੱਜ ਵੀ ਸੋਚੀ ਜਾਂਦੇ ਹੋਣੇ ਆ ਮੈਨੂੰ ਉਹਨਾਂ ਤੇ ਬਹੁਤ ਜਿਆਦਾ ਤਰਸ ਆਉਂਦਾ ਜਿਹੜੇ ਅੱਜ ਵੀ ਸੋਚਦੇ ਆ 10 ਬਰੇ 10 ਬਰੇ ਥੋੜੇ ਨਹੀਂ ਹੁੰਦੇ ਹੈਗੇ ਇੱਕੋ ਹੀ ਸਿਆਸੀ ਪਾਰਟੀ ਦੇ ਕੋਈ ਪ੍ਰਧਾਨ ਮੰਤਰੀ ਅੱਛਾ ਅੱਛੇ ਦਿਨ ਆਉਣਗੇ ਅਨਿਆਣਿਆਂ ਨੂੰ ਜਦੋਂ ਤੁਸੀਂ ਕਈ ਵਾਰ ਕਹਿੰਦੇ ਪੇ ਕਾਕਾ ਕੰਮ ਕਰ ਲਾ ਪਹਿਲਾਂ ਆਪਾਂ ਤਾਂ ਕੰਮ ਕਰ ਲਾ ਪਹਿਲਾਂ ਅੱਛਾ ਉਸ ਤੋਂ ਬਾਅਦ ਫਿਰ ਪਾਪਾ ਫਿਰ ਫੇਰ ਤੈਨੂੰ ਲੌਲੀਪੌਪ ਦਿਆਂਗੇ ਅੱਛਾ ਉਹ ਪਾਪਾ ਜਾਂ ਮੰਮੀ ਉਹ ਥੋੜੀ ਦੇਰ ਬਾਅਦ ਨਾ ਜਦੋਂ ਨਿਆਣਾ ਹੋਮਵਰਕ ਕਰ ਲੈਂਦਾ ਉਹ ਲੌਲੀਪੌਪ ਦੇ ਵੀ ਦਿੰਦੇ ਆ ਪੁੱਤ ਆ ਲੈ ਤੇਰਾ ਨਾ ਵਾਦਾ ਕੀਤਾ ਸੀਗਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਦੁਬਾਰਾ ਫਿਰ ਆਪਾਂ ਇਹਦੇ ਕੋਲੋਂ ਹੋਮਵਰਕ ਕਰਵਾਉਣਾ ਅਸੀਂ ਦੁਬਾਰਾ ਫਿਰ ਇਹਦੇ ਕੋਲੋਂ ਕੋਈ ਫਲਾਣਾ ਚੰਗਾ ਕੰਮ ਕਰਵਾਉਣਾ ਨਿਆਣੇ ਦੇ ਕੋਲੋਂ ਉਹਨਾਂ ਦੀ ਮਜਬੂਰੀ ਹੁੰਦੀ ਆ ਉਹ ਕਹਿੰਦੇ ਕਿ ਆਪਾਂ ਇਹਨੂੰ ਲੌਲੀਪੌਪ ਦੇਣਾ ਕਿਉਂਕਿ ਉਹ ਉਹਨੂੰ ਆਪਣਾ ਬੱਚਾ ਸਮਝਦੇ ਆ ਉਹਨਾਂ ਨੂੰ ਪਤਾ ਹੈ ਕਿ ਜੇ ਆਪਾਂ ਇਹਨੂੰ ਲੌਲੀਪੌਪ ਜਿਹੜਾ ਲਾਲਚ ਦਿੱਤਾ ਸੀਗਾ ਇਹਨੂੰ ਨਾ ਦਿੱਤਾ ਇਹਨੇ ਅਗਲੀ ਵਾਰੀ ਫਿਰ ਸਾਡਾ ਕਿਹਾ ਨਹੀਂ ਜੇ ਮੰਨਣਾ ਹੁਣ ਤੁਸੀਂ ਸੋਚ ਕੇ ਦੇਖੋ ਉਹ ਕਹਿੰਦੇ ਅچھے ਦਿਨ ਆਉਣਗੇ ਪੰਜ ਵਰੇ ਪਹਿਲਾਂ ਬੀਤ ਗਏ ਸਰਕਾਰ ਰਹੀ ਅچھے ਦਿਨ ਆਏ ਕਮੈਂਟ ਕਰਕੇ ਦੱਸੋ ਇਮਾਨਦਾਰੀ ਦੇ ਨਾਲ اچھا ਲੋਕ ਮੈਂ ਤਰਸ ਹਾਂਦਾ ਉਹਨਾਂ ਲੋਕਾਂ ਤੇ ਜਿਨ੍ਹਾਂ ਨੂੰ ਫੇਰ ਉਮੀਦ ਰਹੀ ਇਸ ਗੱਲ ਦੀ ਜਿਨ੍ਹਾਂ ਨੇ ਫੇਰ ਦੁਬਾਰਾ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੇ ਫੇਰ ਨਾ ਦਿੱਤਾ ਕਹਿੰਦੇ ਅچھے ਦਿਨ ਆਉਣਗੇ اچھا ਉਹਨਾਂ ਲੋਕਾਂ ਨੇ ਫੇਰ ਵੋਟਾਂ ਪਾਈਆਂ ਔਰ ਮੈਨੂੰ ਪੱਕਾ ਪਤਾ ਉਹ ਜਿਹੜੇ ਤਰਸਯੋਗ ਦੇ ਪਾਤਰ ਇਨਸਾਨ ਨੇ ਜਿਹੜੇ ਵੋਟਰ ਨੇ ਇਸ ਮੁਲਕ ਦੇ ਉਹ ਹੱਲੇ ਵੀ ਵੋਟਾਂ ਪਾਉਣਗੇ ਕਿਉਂਕਿ ਉਹ ਤਰਸਯੋਗ ਉਦੋਂ ਵੀ ਸੀਗੇ ਅੱਜ ਵੀ ਤਰਸਯੋਗ ਹੈਗੇ ਨੇ ਹਾਲਾਂਕਿ ਵੱਡੀ ਗਿਣਤੀ ਵਿੱਚ ਲੋਕ ਬਹੁਤ ਕੁਝ ਸਮਝ ਚੁੱਕੇ ਨੇ ਹੁਣ ਉਹਨਾਂ ਵੱਲੋਂ ਇੱਕ ਹੋਰ ਨਾਰਾ ਦਿੱਤਾ ਜਾਂਦਾ ਹੈ ਉਹ ਅਕਸਰ ਹੀ ਇਹ ਗੱਲ ਕਹਿੰਦੇ ਹੁੰਦੇ ਨੇ ਅੱਛਾ ਪ੍ਰੈਸ ਕਾਨਫਰੰਸ ਕਦੇ ਨਹੀਂ ਕਰਦੀ ਹੈਗੇ ਨਰਿੰਦਰ ਮੋਦੀ ਜੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਇਸ ਗੱਲ ਦਾ ਜਵਾਬ ਮੈਂ ਤੁਹਾਨੂੰ ਦੋ ਲਾਈਨਾਂ ਚ ਦੇ ਸਕਦਾ ਨੰਬਰ 1 ਉਹ ਜਵਾਬ ਬੜਾ ਤਲਕ ਸੱਚਾਈ ਕੋੜਾ ਸੱਚ ਵਾਜੀ ਇੱਕ ਸੁਣਿਓ ਜਰਾ ਧਿਆਨ ਦੇ ਨਾਲ ਤੁਸੀਂ ਮੰਨੋਗੇ ਉਸ ਗੱਲ ਨੂੰ ਸ਼ਾਇਦ ਕੋਈ ਨਾਮ ਨਹੀਂ ਤਰਸ ਦੇ ਜਿਹੜੇ ਪਾਤਰ ਹੈਗੇ ਆ ਬਣੇ ਰਹਿਣ ਤਰਸ ਦੇ ਪਾਤਰ ਕੋਈ ਹਰਜ ਨਹੀਂ ਐ ਪਰ ਕੋੜਾ ਸੱਚ ਇੱਕੋ ਲੈਂਚ ਬਿਆਨ ਕਰੂੰਗਾ ਦੋ ਕਾਰਨ ਉਹਨਾਂ ਦੇ ਹੈਗੇ ਨੇ ਪ੍ਰੈਸ ਕਾਨਫਰੰਸ ਨਾ ਕਰਨ ਦੇ ਜੋ ਮੈਨੂੰ ਸਮਝ ਆਉਂਦੇ ਹੈਗਾ ਪਹਿਲਾ ਕਾਰਨ ਉਹਨਾਂ ਦਾ ਇਹ ਹੈ ਤਲਕ ਸਚਾਈ ਕੋੜਾ ਸੱਚ ਸੁਣੇ ਧਿਆਨ ਦੇ ਨਾਲ ਉਹਨਾਂ ਦਾ ਇੱਕ ਤੇ ਕਾਰਨ ਇਹ ਹੈ ਕਿ ਜਦੋਂ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਉਸ ਵੇਲੇ ਸਾਡੇ ਕੋਲੋਂ ਸਵਾਲ ਜਵਾਬ ਪੁੱਛੇ ਜਾਣੇ ਆ ਔਰ ਸਾਡੇ ਕੋਲੋਂ ਜਦੋਂ ਪੱਤਰਕਾਰ ਨੇ ਸਵਾਲ ਪੁੱਛਣੇ ਆ ਘਮਾਕ ਮੁਕੇ ਪੁੱਛਣੇ ਆ ਸਾਡੇ ਕੋਲ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਜੇ ਹੁਣੇ ਔਰ ਲੋਕਾਂ ਨੇ ਕਹਿਣਾ ਲੈ ਵੀ ਇਹਨਾਂ ਦੇ ਕੋਲ ਤਾਂ ਸਵਾਲਾਂ ਦੇ ਜਵਾਬ ਹੈ ਨਹੀਂ ਅਸੀਂ ਤਾਂ ਕੇਵਲ ਮਨ ਕੀ ਬਾਤ ਕਰਨੀ ਹੈ ਬਸ ਇਕੱਲੇ ਬੋਲਣਾ ਮੈਂ ਜਦੋਂ ਹੁਣ ਮੈਂ ਇਕੱਲਾ ਹੀ ਬੋਲ ਰਿਹਾ ਮੰਨ ਲਓ ਹਨਾ ਕਈ ਮੈਨੂੰ ਫੇਰ ਫੋਨ ਵੀ ਕਰਕੇ ਕਹਿੰਦੇ ਆ ਸੱਜਣ ਜੀ ਤੁਹਾਡੇ ਵਿਚਾਰ ਬਹੁਤ ਚੰਗੇ ਸਗੇ ਅੱਛਾ ਜੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਵੇ ਮੋਰੇ ਕੋਈ ਕ੍ਰਾਸ ਕੁਐਸਚਨਿੰਗ ਕਰੇ ਫਿਰ ਹੋ ਸਕਦਾ ਕਈ ਕਹਿਣ ਪਈ ਨਹੀਂ ਨਹੀਂ ਸੱਜਣਾ ਗੱਲਬਾਤ ਨਹੀਂ ਸੀ ਬਣੀ ਤੂੰ ਆਪਣੀ ਇਕੱਲਾ ਹੀ ਇਕੱਲਾ ਹੀ ਤਾਂ ਬੋਲਦਾ ਰਿਹਾ ਤੂੰ ਇਦਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇਖੋ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਪਰ ਉਹ ਨਹੀਂ ਕਰਦੇ ਪੱਤਰਕਾਰ ਸਮਾਜ ਦੀ ਆਵਾਜ਼ ਹੁੰਦੇ ਨੇ ਲੋਕਾਂ ਦੀ ਆਵਾਜ਼ ਹੁੰਦੇ ਨੇ ਪੱਤਰਕਾਰ ਨੇ ਲੋਕਾਂ ਦੀ ਆਵਾਜ਼ ਲੋਕਾਂ ਦੇ ਸਵਾਲ ਉਹਨਾਂ ਦੇ ਮੂਹਰੇ ਰੱਖਣੇ ਹੁੰਦੇ ਆ ਪਰ ਉਹ ਸਵਾਲ ਨਹੀਂ ਕਰਦੇ ਲੋਕਾਂ ਦੇ ਵਿੱਚ ਮਨ ਕੀ ਬਾਤ ਲੈ ਕੇ ਜਾਂਦੇ ਨੇ ਜਿਹਦੇ ਨਾਲ ਬਹੁ ਗਿਣਤੀ ਲੋਕ ਜਿਹੜੇ ਹੈਗੇ ਨੇ ਵੱਡੀ ਗਿਣਤੀ ਦੇ ਲੋਕ ਜਿਹੜੇ ਬਹੁਤ ਜ਼ਿਆਦਾ ਤਰਸਦੇ ਪਾਤਰ ਉਹਨਾਂ ਨੂੰ ਫਿਰ ਇਹ ਲੱਗਦਾ ਕੱਲਈ ਬੰਦਾ ਆਪਣੇ ਮਨ ਕੀ ਬਾਤ ਕਰ ਰਹਾ ਹੈ ਜੋ ਬੋਲ ਰਹਾ ਹੈ ਠੀਕ ਹੀ ਬੋਲ ਰਹਾ ਹੈ ਕਿਉਂਕਿ ਉਹ ਕਹਿੰਦੇ ਨੇ ਕਿ ہمارا ਮੁਲਕ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ acha ਵਿਕਾਸ ਕੀ ਬੁਲੰਦੀਆਂ ਕੇ ਬਾਰੇ ਮੇ ਵੀ ਬਾਤ ਕਰੇਗੇ ਵਿਕਾਸ ਕੀ ਵੀ ਬਾਤ ਕਰੇਗੇ ਕਿ ਵਿਕਾਸ ਕਹਾਂ ਹੈ ਇਸ ਵਕਤ ਕਹਾਂ ਗਿਆ ਹੁਆ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ acha ਪ੍ਰੈਸ ਕਾਨਫਰੰਸ ਨਾ ਕਰਨ ਦਾ ਦੂਜਾ ਕੌੜਾ ਸੱਚ ਤਲਕ ਸਚਾਈ ਉਹ ਵੀ ਤੁਹਾਨੂੰ ਦੱਸ ਦਿੰਨਾ ਜੋ ਮੈਂ ਸਮਝਦਾ ਦੇਖੋ ਜਿਨ੍ਹਾਂ ਦੇ ਹੁੰਦੇ ਨੇ ਕੋਈ ਖਾਸ ਏਜੰਡੇ ਖਾਸ ਏਜੰਡੇ ਭਾਵੇਂ ਹੁਣ ਚੰਗੇ ਤੇ ਭਾਵੇਂ ਹੁਣ ਮਾੜੇ ਉਹ ਕਦੇ ਵੀ ਪ੍ਰੈਸ ਕਾਨਫਰੰਸ ਨਹੀਂ ਕਰਦੇ ਹੁੰਦੇ ਲਗਾਤਾਰ ਲਗਾਤਾਰ ਉਹ ਆਪਣੇ ਨਿਸ਼ਾਨੇ ਵੱਲ ਨੂੰ ਵੱਧਦੇ ਜਾਂਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਇਸ ਗੱਲ ਦਾ ਕਿ ਜੇ ਆਪਾਂ ਸਵਾਲਾਂ ਜਵਾਬਾਂ ਦੇ ਚੱਕਰਾਂ ਦੇ ਵਿੱਚ ਪੈ ਗਏ ਤਾਂ ਫਿਰ ਸਾਡਾ ਕੰਮ ਜਾਣਾ ਰੁਕ ਅਸੀਂ ਤੇ ਆਪਣਾ ਕੰਮ ਜਾਰੀ ਰੱਖਣਾ ਮੈਂ ਪਹਿਲਾਂ ਕਹਿ ਹਟਿਆ ਚਾਹੇ ਚੰਗੇ ਚਾਹੇ ਮਾੜੇ ਜੋ ਮੈਂ ਸਮਝਦਾ ਹੋ ਸਕਦਾ ਮੈਂ ਰੋਂਗ ਹੋਵਾਂ ਮੈਂ ਗਲਤ ਹੋਵਾਂ ਤੁਸੀਂ ਦਰੁਸਤ ਕਰਦੇ ਹੋ ਮੈਨੂੰ ਕਮੈਂਟ ਕਰਕੇ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਵੀ ਕੁਝ ਨਾ ਕੁਝ ਜ਼ਰੂਰ ਸੋਚਦੇ ਹੋਵੋਗੇ ਕਿ ਉਹ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਚੰਗੇ ਜਾਂ ਮਾੜੇ ਜਿਹਨਾਂ ਦੇ ਟੀਚੇ ਹੁੰਦੇ ਨੇ ਉਹਨਾਂ ਨੂੰ ਹੁੰਦਾ ਕਿ ਨੱਕ ਦੀ ਸੇਧ ਨਾਲ ਸਿੱਧਾ ਹੀ ਅੱਗੇ ਨੂੰ ਵਾਢੇ ਚੱਲੋ ਤੁਰਦੇ ਚੱਲੋ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਤੁਸੀਂ ਵੇਖੋ ਉਹਨਾਂ ਨੇ ਜਿਹੜੀ ਵਿਚਾਰਧਾਰਾ ਆਪਣੀ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਵਾਲੀ ਇੱਕ ਰਾਸ਼ਟਰ ਇੱਕ ਝੰਡਾ ਤੇ ਇੱਕ ਭਾਸ਼ਾ ਵਾਲਾ ਜਿਹੜਾ ਉਹਨਾਂ ਦਾ ਏਜੰਡਾ ਹੈ ਉਹਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਉਹਨਾਂ ਨੇ ਕਿਦਾਂ ਫੈਲਾਉਣ ਦੇ ਯਤਨ ਕੀਤੇ ਜਿਹਦੇ ਵਿੱਚ ਉਹਨਾਂ ਨੂੰ ਅੱਜ ਭਾਵੇਂ ਲੱਗਦਾ ਕਿ ਆਪਾਂ ਸਫਲ ਹੋ ਗਏ ਆ ਪਰ ਆਉਂਦਾ ਸਮਾਂ ਦੱਸੂਗਾ ਕਿ ਤੁਸੀਂ ਕਿੰਨੇ ਕੁ ਸਫਲ ਹੋ ਪਾਏ ਹੋ ਇਹ ਜਿਹੜਾ ਮੁਲਕਵਾਰਾ ਜੀ ਇਹ ਬਹੁਤ ਧਰਮੀ ਮੁਲਕ ਹੈਗਾ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਇੱਥੇ ਵੱਸਦੇ ਆ ਤੋ ਤੁਸੀਂ ਉਹਨਾਂ ਦੇ ਕੋਲੋਂ ਉਹਨਾਂ ਦੀ ਪਛਾਣ ਨਹੀਂ ਖੋ ਸਕਦੇ ਏ ਨਹੀਂ ਰਹਾ ਕਿ ਉਹ ਤੁਹਾਨੂੰ ਆਪਦੀ ਪਛਾਣ ਤੱਕੇ ਨਾਲ ਠੀਕ ਹੈ ਜੀ ਤੁਸੀਂ ਸਾਡੇ ਕੋਲ ਤੱਕੇ ਨਾਲ ਪਛਾਣ ਖੋਲੋ ਕਿੰਨਾ ਕੁ ਸਮਾਂ ਤੁਸੀਂ ਕਿਸੇ ਨੂੰ ਇਹਦਾ ਦਬਾ ਸਕਦੇ ਹੋ ਐਦਾਂ ਦੇ ਰਾਜ ਭਾਗ ਲੰਬਾ ਸਮਾਂ ਕਦੇ ਵੀ ਨਹੀਂ ਚੱਲਦੇ ਹੁੰਦੇ ਖੈਰ ਚਲੋ ਆਪਾਂ ਅੱਗੇ ਨੂੰ ਵਧਦੇ ਹਾਂ ਗੱਲ ਕਰ ਰਹੇ ਸੀ ਕਿ ਦੋ ਕਾਰਨ ਪ੍ਰੈਸ ਕਾਨਫਰੰਸ ਨਾ ਕਰਦੇ ਨਾ ਕਰਨਦੇ ਉਹਨਾਂ ਵੱਲੋਂ ਮੈਨੂੰ ਤੇ ਆਹੀ ਲੱਗਦੇ ਆ ਪਰ ਆਪਾਂ ਗੱਲ ਕਰ ਰਹੇ ਹਾਂ ਕਿ 2024 ਦੇ ਹੁਣ ਇਲੈਕਸ਼ਨ ਆ ਰਹੇ ਨੇ ਮੈਂ ਕਹਿੰਦਾ ਪੂਰੇ ਮੁਲਕ ਦੇ ਵਿੱਚ ਲੈ ਬਈ ਲੋਕਾਂ ਦੇ ਅੰਦਰ ਇੱਕ ਐਡੀ ਜ਼ਿਆਦਾ ਖਿੱਚ ਬਣੀ ਹੋਈ ਆ ਤਰਲੋ ਮੱਛੀ ਲੋਕੀ ਪੋਸਟਾਂ 'ਤੇ ਲੋਕੀ ਕਮੈਂਟ ਗੱਲਾਂ ਕਾਦੀਆਂ ਹੁੰਦੀਆਂ ਨੇ ਭਲਾ ਇਲੈਕਸ਼ਨ 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 ਕਿਹੜੀ ਪਾਰਟੀ ਆ ਪਾਰਟੀ ਯੋ ਪਾਰਟੀ ਮੈਂ ਫਲਾਨੀ ਗਲੀ 'ਚ ਰਹਿਣਾ ਫਲਾਨੇ ਮਹੱਲੇ 'ਚ ਰਹਿਣਾ ਫਰਾਨੇ ਪਿੰਡ 'ਚ ਰਹਿਣਾ ਮੈਂ ਅਸੀਂ ਫਲਾਨੀ ਧਿਰ ਨਾਲ ਜੁੜ ਗਏ ਆ ਸਾਡਾ ਫਲਾਨਾ ਗੋ ਫਲਾਨੀ ਪਾਰਟੀ ਨੂੰ ਛੱਡ ਕੇ ਚਲਾ ਗਿਆ ਅਸੀਂ ਉਹਦੇ ਮਗਰ ਮਗਰ ਹੁਣ ਨਾਲ ਹੀ ਚਲ ਜਾਣਾ ਕਿਉਂ ਚਲ ਜਾਣਾ ਬਈ ਆ ਆਪਾਂ ਇਸ ਕਰਕੇ ਚਲ ਜਾਣਾ ਜੀ ਆ ਪਹਿਲਾਂ ਜਿਨ੍ਹਾਂ ਦੇ ਨਾਲ ਆਪਾਂ ਜੁੜੇ ਰਹੇ ਨਾ ਉਹ ਬੰਦੇ ਯਾਰ ਬੜੇ ਨਿਕੰਮੇ ਆ ਹੁਣ ਜੇ ਉਹਨਾਂ ਕੋਲ ਪਿੱਛੇ 15 ਸਾਲ ਪਹਿਲਾਂ ਤੁਹਾਨੂੰ ਪਤਾ ਨਹੀਂ ਸੀਗਾ ਅਕਲ ਪਹਿਲਾਂ ਕੰਮ ਨਹੀਂ ਸੀ ਕਰਦੀ ਜਾਂ ਹੁਣ ਨਹੀਂ ਕੰਮ ਕਰਦੀ ਕੁਝ ਤਾਂ ਦੋਨੋਂ ਚੋਂ ਇੱਕ ਗੱਲ ਹੈਗੀ ਆ ਅੱਛਾ ਫਿਰ ਹੁਣ ਕਿਦਾਂ ਸਮਝ ਲਈ ਕਿ ਹੁਣ ਤੁਹਾਨੂੰ ਅਕਲ ਆ ਗਈ ਹੋਈ ਆ ਖੈਰ ਜੋ ਵੀ ਹੈ ਮੇਰੇ ਕੰਨ ਦਾ ਭਾਵੇਂ ਕਿ ਪੂਰਾ ਰਾਮ ਰੋਲਾ ਪਿਆ ਹੋਇਆ ਹੁਣ ਅਸਲ ਵਿੱਚ ਕਈ ਕਈਆਂ ਦੇ ਇਧਰ ਉਧਰ ਜਾਣ ਦੇ ਕਾਰਨ ਇਹ ਹੁੰਦੇ ਆ ਕਿਸੇ ਨੂੰ ਕਿਸੇ ਪਾਸੇ ਉਹਦਾ ਮਿਲਣਾ ਹੈ ਕੋਈ ਕਿਸੇ ਨੂੰ ਕਿਸੇ ਨੇ ਕੋਈ ਟਿਕਟ ਦੇਣੀ ਹੈਗੀ ਆ ਕਿਸੇ ਨੂੰ ਇਹ ਲੱਗਦਾ ਕਿ ਅਸੀਂ ਫੰਡ ਦੇਣਾ ਜਿੰਨਾ 10 ਗੁਣਾ ਮੁੜ ਕੇ ਸਾਡੇ ਕੋਲ ਵਾਪਸ ਆਉਣਾ ਫੰਡ ਕਿਉਂਕਿ ਇੱਕ ਦੂਜੇ ਨੂੰ ਲਾਰੇ ਲਾਏ ਹੋਇਆ ਵੀ ਜੇ ਮੈਂ ਜਿੱਤ ਗਿਆ ਫਿਰ ਤੈਨੂੰ ਅਸੀਂ ਫਲਾਨੀ ਚੀਜ਼ ਮੁਹੱਈਆ ਕਰਾਵਾਂਗੇ ਸਾਰਾ ਕੁਝ ਚੱਲਦਾ ਆ ਪਰ ਸਾਰੇ ਜਾਣਦੇ ਆ ਆ ਪਰ ਸਾਰੇ ਸਮਝਦੇ ਆ ਪਰ ਜਿਹੜੀ ਇੱਕ ਤਲਕ ਤੋਂ ਤਲਕ ਸੱਚਾਈ ਆ ਨਾ ਕੌੜਾ ਸੱਚ ਇਸ ਮੁਲਕ ਦੇ ਹਾਲਾਤ ਪਿੱਛੇ ਜਦੋਂ ਝਾਤ ਮਾਰ ਕੇ ਦੇਖੋਗੇ ਨਾ ਤਾ ਫੇਰ ਸਮਝ ਆਉਣੀ ਹੈ ਵੀ ਤੁਸੀਂ ਕਿੱਥੋਂ ਕਿੱਥੇ ਤੱਕ ਪਹੁੰਚ ਚੁੱਕੇ ਹੋ ਝਾਤ ਮਾਰ ਕੇ ਵੇਖੋ ਅਮੀਰੀ ਅਤੇ ਗਰੀਬੀ ਕਿਹਨੂੰ ਕਹਿੰਦੇ ਆ ਭਲਾ ਕਮੈਂਟ ਕਰਕੇ ਦੱਸਿਓ ਹਰੇਕ ਬੰਦਾ ਅਮੀਰੀ ਦਾ ਅਰਥ ਕੀ ਹੁੰਦਾ ਤੇ ਗਰੀਬੀ ਦਾ ਮਾਇਨਾ ਕੀ ਹੁੰਦਾ ਭਲਾ ਕਮੈਂਟ ਕਰਕੇ ਦੱਸਿਓ ਉਹਨਾਂ ਚਿਰ ਮੈਂ ਵਿਕਾਸ ਦੀ ਗੱਲ ਕਰ ਲੈਣਾ ਅੱਛਾ ਜਿਹੜਾ ਉਹ ਕਹਿੰਦੇ ਕਿ ਹਮਾਰਾ ਮੁਲਕ ਵਿਕਾਸ ਦੀ ਬਲੰਦੀਆਂ ਕੋ ਛੂਨੇ ਗਿਆ ਹੂਆ ਹੈ ਮੈਂ ਅਕਸਰ ਉਹਨਾਂ ਨੂੰ ਵੈਸੇ ਸਵਾਲ ਪੁੱਛਣਾ ਚਾਹੁੰਦਾ ਹੈ ਉਦਾਂ ਇੱਕ ਗੱਲ ਪੱਕੀ ਆ ਜੇ ਕਦੀ ਉਹ ਪ੍ਰੈਸ ਕਾਨਫਰੰਸ ਕਰਨ ਵੀ ਲੱਗ ਪੈਣ ਤਾਂ ਸਾਡੇ ਵਰਗੇ ਪੱਤਰਕਾਰਾਂ ਨੂੰ ਤੇ ਉਹਨਾਂ ਨੇ ਮੌਕਾ ਦੇਣਾ ਨਹੀਂ ਕਿਉਂਕਿ ਸਾਡਾ ਚੈਨਲ ਬੰਦ ਕਰ ਦਿੰਦੇ ਆ ਪਹਿਲਾਂ ਚੈਨਲ ਸਾਡਾ ਥੋੜਾ ਚਿਰ ਪਹਿਲਾਂ ਵੀ ਬੰਦ ਕੀਤਾ ਸੀ 2.5 ਮਹੀਨੇ ਪਹਿਲਾਂ ਆਪਣਾ ਸਾਂਝਾ ਪੰਜਾਬ ਸਾਡਾ ਫਿਰ ਉਹਨਾਂ ਨੇ ਦੋਆਂ ਕਿਵਿਕਾਂ ਬਾਅਦ ਉਹਨੂੰ ਦੁਬਾਰਾ ਖੋਲਤਾ ਸੀ ਤੇ ਦੁਬਾਰਾ ਚਲਾਤਾ ਸੀਗਾ ਠੀਕ ਹੈ ਜੀ ਆ ਹੁਣ ਪਿੱਛੇ ਜਿਹੇ ਹੋ ਗਿਆ 10-12 ਦਿਨ ਹੁਣ ਫੇਰ ਇਹਨਾਂ ਨੇ ਬੰਦ ਕੀਤਾ ਹੋਇਆ ਬੰਦ ਕੀਤਾ ਹੋਇਆ ਆ ਗੱਲਾਂ ਚੰਗੀਆਂ ਨਹੀਂ ਲੱਗਦੀਆਂ अच्छा मैं बिनती करना चाहूंगा वीडियो नु एकते बाद वा शेयर जरूर करियो ते एक साडा जेड़ा नवा चैनल बनाया है ना आपा भूपेंद्र सिंह सज्जन टॉक्स ਤੁਸੀਂ ਉਹਨੂੰ जरूर ਸਬਸਕ੍ਰਾਈਬ ਕਰ ਲਿਓ ਉੱਥੇ ਆਪਾਂ ਆਪਣੀਆਂ ਗੱਲਾਂ ਬਾਤਾਂ ਲੈ ਕੇ ਹੁੰਦੇ ਰਹੇ ਨੇ ਵੱਤਬਦ ਲੋਕਾਂ ਤੱਕ ਤੁਸੀਂ ਆ ਗੱਲ ਪੁਜਰੀ जरूर ਕਰਿਓ ਸ਼ੇਅਰ जरूर ਕਰਿਓ ਸਬਸਕ੍ਰਾਈਬ जरूर ਕਰ ਲਓ اچھا ਜਿਹੜਾ ਉਹ ਮੈਂ ਨਾ ਪਹਿਲਾਂ ਵੀ ਗੱਲ ਕਰਦਾ ਹੁੰਦਾ ਸੀ ਕਿ ਹਮਾਰਾ ਮੁਲਕ ਵਿਕਾਸ ਕੀ ਬਲੰਦੀਆਂ ਕੋ ਛੂਨੇ ਗਿਆ ਹੁਆ ਹੈ اچھا ਜਿਹੜਾ ਵਿਕਾਸ ਨਾਂ ਦਾ ਲੈ ਵੀ ਬੰਦਾ ਪਤਾ ਨਹੀਂ ਲੈ ਵੀ ਕੌਣ ਹੈਗਾ ਇਹ ਸਾਡੇ ਲੋਕਾਂ ਨੂੰ ਪਹਿਲਾਂ ਇਹ ਲੱਗਦਾ ਹੁੰਦਾ ਸੀਗਾ ਪਹਿਲਾਂ ਪਹਿਲਾਂ ਤਾਂ ਮੈਨੂੰ ਵੀ ਐਉਂ ਲੱਗਿਆ ਕਰੇ ਕਿ ਵਿਕਾਸ ਅਸਲ ਵਿੱਚ ਵਿਕਾਸ ਜਿਹਨੂੰ ਕਹਿੰਦੇ ਆ ਉਹ ਹੀ ਆ ਪਰ ਹੁਣ ਮਾੜਾ ਮਾੜਾ ਮੈਨੂੰ ਤਾਂ ਲੈ ਵੀ ਪੈਣ ਲੱ ਪਿਆ ਸ਼ੱਕ ਤੁਹਾਡਾ ਹੁਣ ਮੈਨੂੰ ਪਤਾ ਨਹੀਂ ਬਈ ਵਿਕਾਸ ਮੈਨੂੰ ਲੱਗਦਾ ਲੱ ਵੀ ਕੋਈ ਨਾ ਕੋਈ ਬੰਦਾ ਹੈਗਾ ਵਿਕਾਸ ਕੀ ਬਲੰਦੀ ਉਹ ਪਤਾ ਨਹੀਂ ਕਿੱਥੇ ਹੈਗਾ ਆ ਔਰ ਉਹ ਕਿੰਨੀ ਕੁ ਤਰੱਕੀ ਕਰ ਚੁੱਕਾ ਆ ਉਹ ਉਹਦੀ ਬਲੰਦੀ ਨੂੰ ਛੂਣ ਵਾਸਤੇ ਹਮਾਰਾ ਮੁਲਕ ਛੂ ਰਹਾ ਹੈ ਬਹ ਮੈਨੂੰ ਹੈਰਾਨੀ ਦੀ ਗੱਲ ਹੈਗੀ ਆ ਔਰ ਫਿਰ ਮੈਨੂੰ ਤਾਂ ਉਹ ਜਿਹੜਾ ਮੁਲਕ ਹੈਗਾ ਉਸ ਵਿਕਾਸ ਦੀ ਬਲੰਦੀ ਨੂੰ ਛੂੰਦਾ ਹੋਇਆ ਕਦੀ ਨਜ਼ਰ ਆਉਂਦਾ ਨਹੀਂ ਹੈਗਾ ਮੈਨੂੰ ਕੀ ਨਜ਼ਰ ਆਉਂਦਾ ਹੈਗਾ ਤੇ ਤੁਹਾਨੂੰ ਕੀ ਨਜ਼ਰ ਆਉਂਦਾ ਹੈਗਾ ਕਮੈਂਟ ਕਰਕੇ ਦੱਸਿਓ ਮੈਂ ਬੋਲ ਕੇ ਦੱਸਦਾ ਅਮੀਰੀ ਦੇ ਕੀ ਅਰਥ ਹੁੰਦੇ ਨੇ ਤੇ ਗਰੀਬੀ ਦੇ ਕੀ ਮayne ਹੁੰਦੇ ਨੇ ਕਮੈਂਟ ਕਰਕੇ ਦੱਸਿਓ 1947 ਨੂੰ ਜਿਹੜੇ ਕਹਿੰਦੇ ਕਿ ਮੁਲਕ ਆਜ਼ਾਦ ਹੋ ਗਿਆ ਸੀਗਾ ਸਿੱਖ ਇਹ ਗੱਲ ਕਹਿੰਦੇ ਆ ਕਿ ਅਸੀਂ ਇੱਕ ਗੁਲਾਮੀ ਚੋਂ ਨਿਕਲ ਕੇ ਦੂਜੀ ਗੁਲਾਮੀ ਚ ਪੈ ਗਏ ਅਸੀਂ ਮੁੜ ਆਜ਼ਾਦ ਹੋਣਾ ਚਾਹੁੰਦੇ ਆ ਸਾਡਾ ਆਪਣਾ ਇੱਥੇ ਰਾਜ ਹੁੰਦਾ ਸੀਗਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਅੰਗਰੇਜ਼ ਕਾਬਜ਼ ਹੋ ਗਏ ਸੀਗੇ ਅੰਗਰੇਜ਼ ਇੱਥੋਂ ਗਏ ਉਹਨਾਂ ਨੂੰ ਉਹਨਾਂ ਦਾ ਮਿਲ ਗਿਆ ਉਹਨਾਂ ਨੂੰ ਉਹਨਾਂ ਦਾ ਸਾਨੂੰ ਸਾਡਾ ਰਾਜ ਨਹੀਂ ਮਿਲਿਆ ਸਿੱਖ ਤੇ ਕਹਿੰਦੇ ਕਿ ਸਾਨੂੰ ਆਪਣਾ ਰਾਜ ਚਾਹੀਦਾ ਪਰ ਖੈਰ ਚਲੋ ਜਿਨ੍ਹਾਂ ਨੂੰ ਇਹ ਲੱਗਦਾ ਕਿ 47 ਨੂੰ ਮੁਲਕ ਆਜ਼ਾਦ ਹੋ ਗਿਆ ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਨਾ ਤੁਸੀਂ ਇਮਾਨਦਾਰੀ ਦੇ ਨਾਲ ਦੱਸਿਓ ਕਿ ਕੀ ਦਿਨੋਂ ਦਿਨ ਹਾਲਾਤ ਮੁਲਕ ਦੇ ਚੰਗੇ ਹੋਏ ਨੇ ਜਾਂ ਬਦਰ ਨਾਲੋਂ ਬੱਤਰ ਹੋਏ ਨੇ ਜ਼ਰੂਰ ਦੱਸਿਓ ਇਮਾਨਦਾਰੀ ਦੇ ਨਾਲ ਦੱਸਿਓ ਜੀ ਭਾਵੇਂ ਕੋਈ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧਿਤ ਹੋਵੇ ਸੋਚ ਕੇ ਵੇਖੋ ਪਹਿਲਾ ਹਾਲਾਤ ਕਿਦਾਂ ਦੇ ਸੀਗੇ ਜੇ ਮੈਂ ਇੱਕੋ ਲਾਈਨ ਦੇ ਵਿੱਚ ਬੋਲ ਕੇ ਦੱਸਣਾ ਹੋਵੇ ਨਾ ਤਾਂ ਸ਼ਾਇਦ ਕਈਆਂ ਨੂੰ ਬੁਰਾ ਲੱਗੇ ਸ਼ਾਇਦ ਕਈਆਂ ਨੂੰ ਬੁਰਾ ਲੱਗੇ ਉਹ ਕਹਿੰਦੇ ਬੇਟੀ ਬਚਾਓ ਬੇਟੀ ਪੜ੍ਹਾਓ ਨਾਰਾ ਦਿੱਤਾ ਲੋਕਾਂ ਨੇ ਬੇਟੀ ਬਚਾਈ ਤੇ ਉਸ ਤੋਂ ਬਾਅਦ ਬੇਟੀ ਪੜ੍ਹਾਈ ਵੀ ਲੋਕਾਂ ਨੇ ਉਸ ਤੋਂ ਬਾਅਦ ਕੀ ਹੋਇਆ ਭਲਾ ਬੇਟੀ ਨੇ ਮੋਟੀ ਡਿਗਰੀ ਹਾਸਲ ਕੀਤੀ ਉਸ ਤੋਂ ਬਾਅਦ ਕੀ ਹੋਇਆ ਭਲਾ ਬੇਟੀ ਨੌਕਰੀ ਲੈਣ ਵਾਸਤੇ ਇੱਧਰ ਉੱਧਰ ਸਰਕਾਰੀ ਦਰਬਾਰੇ ਗਈ ਉਸ ਤੋਂ ਬਾਅਦ ਕੀ ਹੋਇਆ ਭਲਾ ਵਾਪਸ ਹੋਣਾ ਪੈ ਗਿਆ ਉਸ ਤੋਂ ਬਾਅਦ ਕੀ ਹੋਇਆ ਭਲਾ ਯੂਨੀਵਰਸਿਟੀ ਕਾਲਜ ਤੇ ਹੋਰ ਜਿੱਥੇ-ਜਿੱਥੇ ਉਹਨੇ ਕੋਰਸ ਕੀਤੇ ਸੀਗੇ ਸਾਰਿਆਂ ਨੇ ਇੱਕ ਇੱਕ ਆਪਣੀ ਯੂਨਿਟੀ ਜੀ ਬਣਾਈ ਇੱਕ ਅਦਾਰਾ ਇੱਕ ਸੰਸਥਾ ਬਣਾ ਲਈ ਉਹਨਾਂ ਨੇ ਉਸ ਤੋਂ ਬਾਅਦ ਸੜਕਾਂ ਦੇ ਉੱਪਰ ਫਿਰ ਉਹ ਬੈਠੀ ਗਈ ਉਹਨਾਂ ਸਾਰਿਆਂ ਨੂੰ ਨਾਂ ਲੈ ਕੇ ਉਸ ਤੋਂ ਬਾਅਦ ਕੀ ਹੋਇਆ ਭਲਾ ਇਸੇ ਹੀ ਆਜ਼ਾਦ ਮੁਲਕ ਦੀ ਪੁਲਿਸ ਨੇ ਉਹਨਾਂ ਨੂੰ ਉਥੇ ਕੁੱਟਿਆ ਫੜ ਕੇ ਉਹਨਾਂ ਦੀਆਂ ਚੁੰਨੀਆਂ ਵੀ ਸੜਕਾਂ ਦੇ ਉੱਪਰ ਰੋਲੀਆਂ ਗਈਆਂ ਕਈਆਂ ਦੇ ਉੱਪਰ ਮੁਕੱਦਮੇ ਦਰਜ ਹੋ ਗਏ ਆ ਸਾਰਾ ਕੁਝ ਹੋਇਆ ਅੱਛਾ ਉਸ ਤੋਂ ਬਾਅਦ ਕੀ ਹੋਇਆ ਭਲਾ ਇੱਥੇ ਗੱਲ ਰੁਕ ਨਹੀਂ ਜਾਂਦੀ ਹੈਗੀ ਜੇਰਾ ਵੱਡਾ ਕਰਕੇ ਸੁਣਿਓ ਜਰਾ ਉਸ ਤੋਂ ਬਾਅਦ ਕੀ ਹੋਇਆ ਭਲਾ ਘਰ ਦੇ ਵਿੱਚ ਪੈਸਿਆਂ ਦੀ ਵੀ ਜ਼ਰੂਰਤ ਹੈ ਘਰ ਦੇ ਵਿੱਚ ਮਾਂ ਬਾਪ ਬਿਮਾਰ ਵੀ ਹੋ ਸਕਦੇ ਨੇ ਬਹੁਤ ਕੁਝ ਹੈ ਸੋਸ਼ਲ ਮੀਡੀਆ ਦਾ ਜੋ ਅੱਜ ਲਾਗੇ ਲਾਗੇ ਕਰਦਾ ਗੱਲ ਨੂੰ ਪਹਿਲਾਂ ਦੇ ਤੇ ਅੱਜ ਦੇ ਹਾਲਾਤ ਇੱਕੋ ਹੀ ਇੱਕੋ ਹੀ ਉਦਾਹਰਣ ਦੇ ਰਿਹਾ ਮੈਂ ਉਦਾਹਰਣਾਂ ਹੋਰ ਵੀ ਬਹੁਤ ਹੈਗੀਆਂ ਨੇ ਟੁਕ ਮਾਤਰ ਦਊਂਗਾ ਪਰ ਆਹ ਜਿਹੜੀ ਉਦਾਹਰਣਾਂ ਨਾ ਇਸ ਤੋਂ ਵੱਡੀ ਤੇ ਇਸ ਤੋਂ ਸ਼ਰਮਨਾਕ ਉਦਾਹਰਣ ਹੋਰ ਕੋਈ ਨਹੀਂ ਹੈਗੀ ਮੈਂ ਮੁਲਕ ਦੀ ਗੱਲ ਕਰ ਰਿਹਾ ਕਿਸੇ ਵੀ ਮੁਲਕ ਦੇ ਵਾਸਤੇ ਮੈਂ ਆਪਣੇ ਪਹਿਲੇ ਚੈਨਲ ਦੀ ਗੱਲ ਕਰਕੇ ਹਟਿਆ ਅੱਛਾ ਜਿਹੜੀਆਂ ਮੈਂ ਗੱਲਾਂ ਕਰਨੀਆਂ ਤੁਸੀਂ ਮੈਨੂੰ ਦੱਸੋ ਮੇਰੀਆਂ ਗੱਲਾਂ ਸੁਣ ਕੇ ਕਿਸ ਨੂੰ ਕੀ ਲੱਗਦਾ ਕਿ ਮੈਂ ਕੀ ਬੋਲ ਰਿਹਾ ਮੈਂ ਕਿਸੇ ਦਾ ਕਿੰਨਾ ਕੁ ਜ਼ਿਆਦਾ ਨੁਕਸਾਨ ਕਰ ਰਿਹਾ ਦੱਸਿਓ ਜਰਾ ਅੱਛਾ ਉਸ ਤੋਂ ਬਾਅਦ ਮੈਂ ਬੇਟੀ ਦੀ ਗੱਲ ਕਰ ਰਿਹਾ ਉਹਨਾਂ ਨੂੰ ਕੀ ਕਰਨਾ ਪਿਆ ਪਹਿਲਾਂ ਉਸ ਤੋਂ ਬਾਅਦ ਫਿਰ ਜਦੋਂ ਚਾਰੇ ਸਿਰੇ ਝੁੱਲ ਗਏ ਉਸ ਤੋਂ ਬਾਅਦ ਫਿਰ ਕੀ ਹੋਇਆ ਪਹਿਲਾਂ ਸੋਸ਼ਲ ਮੀਡੀਆ ਦਾ ਅਜ ਜ਼ਮਾਨਾ ਹੈ ਉਸ ਤੋਂ ਬਾਅਦ ਰੀਲਾਂ ਬਣਾਉਣ ਲੱਗ ਪਈਆਂ ਜੀ ਕੁੜੀਆਂ ਫਿਰ ਉਹ ਰੀਲਾਂ ਜਦੋਂ ਚੰਗੀਆਂ-ਚੰਗੀਆਂ ਬਣਾਉਂਦੀਆਂ ਤੇ ਫਿਰ ਬਹੁਤ ਸਾਰੇ ਲੋਕ ਚੰਗੀਆਂ-ਚੰਗੀਆਂ ਤਾਂ ਕਹਿੰਦੇ ਗੱਲਾਂ ਸੁਣਦੇ ਰਹਿੰਦੇ ਆਪਾਂ ਉਸ ਤੋਂ ਬਾਅਦ ਕੀ ਹੋਇਆ ਭਲਾ ਫਿਰ ਇਮਾਨਦਾਰੀ ਦੇ ਨਾਲ ਸਾਰੇ ਜਾਣੇ ਸੁਣਿਓ ਜਰਾ ਸ਼ਰਮ ਵਾਲੀ ਗੱਲ ਕੋਈ ਨਹੀਂ ਹੈਗੀ ਹਕੀਕਤ ਤਲਖ ਹਕੀਕਤ ਵਾ ਫਿਰ ਉਸ ਤੋਂ ਬਾਅਦ ਫਿਰ ਉਹਨੂੰ ਇਹ ਪਤਾ ਲੱਗਾ ਇਸ ਗੱਲ ਦੀ ਸਮਝ ਆਈ ਕਿਉਂਕਿ ਹੌਲੀ-ਹੌਲੀ ਕਰਕੇ ਜਵਾਨ ਹੋ ਗਈ ਹੌਲੀ-ਹੌਲੀ ਕਰਕੇ ਹੁਣ ਦੁਨੀਆਦਾਰੀ ਵੀ ਸਮਝ ਵੀ ਆ ਗਈ ਹੈ ਹੌਲੀ-ਹੌਲੀ ਉਹਨੂੰ ਇਸ ਗੱਲ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਸਾਨੂੰ ਤਾਂ ਸਕੂਲਿੰਗ ਸਾਡੀ ਜਿਸ ਤਰੀਕੀ ਦੀ ਹੁੰਦੀ ਸੀਗੀ ਸਾਨੂੰ ਇਹ ਕਿਹਾ ਜਾਂਦਾ ਸੀਗਾ ਕਿ ਤੁਸੀਂ ਪੜੋ ਲਿਖੋ ਅੱਗੇ ਵਧੋ ਇਹ ਹੋਊਗਾ ਉਹ ਹੋਊਗਾ ਤੁਹਾਨੂੰ ਸੁਪਨੇ ਸਰਜੇ ਜਾਂਦੇ ਸੀਗੇ ਵੀ ਹੈ ਨਹੀਂ ਇਦਾਂ ਦਾ ਕੁਝ ਵੀ ਸ਼ਾਇਦ ਇਸੇ ਹੀ ਕਰਕੇ ਉਹਨਾਂ ਨੇ ਫਿਰ ਅੱਧ ਨੰਗੇ ਕੱਪੜੇ ਪਾ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਦਾਂ ਹੋਇਆ ਜਾਂ ਨਹੀਂ ਹੋਇਆ ਕਮੈਂਟ ਕਰਕੇ ਦੱਸਿਓ ਇੰਜ ਹੋ ਰਿਹਾ ਹੈ ਹੁਣ ਮੈਨੂੰ ਕੋਈ ਇਹ ਨਾ ਆਖਿਓ ਜਾਂ ਇਤੋਂ ਦੀ ਸਰਕਾਰ ਇਥੋਂ ਦਾ ਨਿਜ਼ਾਮ ਇਹ ਮਾਤਾ ਕੇ ਕਿ ਕੋਈ ਕਿਸੇ ਨੂੰ ਧੱਕੇ ਨਾਲ ਕਹਿਣ ਥੋੜੀ ਜਾਂਦਾ ਵੀ ਤੁਸੀਂ ਐਂ ਕਰੋ ਤੁਸੀਂ ਆਹੀ ਸਾਰਾ ਕੁਝ ਕਰੋ ਉਹਦੇ ਲਈ ਕੌਣ ਜ਼ਿੰਮੇਵਾਰ ਆ ਭਲਾ ਉਹਦੇ ਲਈ ਜਿੱਥੇ ਉਹ ਕੁੜੀਆਂ ਨੂੰ ਆਪਾਂ ਜ਼ਿੰਮੇਵਾਰ ਠਹਿਰਾ ਸਕਦੇ ਆ ਪਰ ਉਤੋਂ ਪਹਿਲੇ ਨੰਬਰ ਦੇ ਉੱਪਰ ਸਰਕਾਰ ਨੂੰ ਜ਼ਿੰਮੇਵਾਰ ਮੈਂ ਤੇ ਠਹਿਰਾਉਂਗਾ ਭਈ ਮੈਂ ਤੇ ਠਹਿਰਾਉਣਾ ਜੇ ਤੁਹਾਨੂੰ ਇਸ ਗੱਲ ਦਾ ਪਤਾ ਸਰਕਾਰਾਂ ਕੌਣ ਹੁੰਦੀਆਂ ਨੇ ਭਲਾ ਸਰਕਾਰਾਂ ਨੂੰ ਕਹਿੰਦੇ ਜੀ ਕਿ ਮਾਈ ਬਾਪ ਜਿਹੜੀ ਪਰਜਾ ਹੁੰਦੀ ਹੈ ਕਹਿੰਦੇ ਜੀ ਅਸੀਂ ਬੱਚੇ ਆ ਔਰ ਸਰਕਾਰਾਂ ਉਹ ਉਹਨਾਂ ਨੇ ਪਰਿਵਾਰ ਦੀ ਪਰਵਰਿਸ਼ ਕਰਨੀ ਹੈ ਕਿਉਂਕਿ ਉਹ ਸਾਰੇ ਪਰਿਵਾਰ ਨੇ ਵੋਟਾਂ ਪਾਪਾ ਕਿ ਉਹਨਾਂ ਨੂੰ ਜਿਤਾ ਕੇ ਤੁਸੀਂ ਸਾਡਾ ਧਿਆਨ ਰੱਖਿਓ ਤੁਸੀਂ ਸਾਡੇ ਕੋਲੋਂ ਸਾਡੀ ਯੋਗਤਾ ਦੇ ਮੁਤਾਬਕ ਕੰਮ ਲੈ ਲਿਓ ਹੁਣ ਪਹਿਲ ਦੇ ਆਧਾਰ ਦੇ ਉੱਪਰ ਸਰਕਾਰਾਂ ਜ਼ਿੰਮੇਵਾਰ ਨੇ ਮੈਂ ਠੋਕ ਬਜਾ ਕੇ ਬਿਲਕੁਲ ਇਹ ਗੱਲ ਕਹਿਣਾ ਪੱਕੇ ਤੌਰ ਤੇ ਮੈਂ ਜ਼ਿੰਮੇਵਾਰੀ ਲੈਣਾ ਇਸ ਗੱਲ ਦੀ ਕਿ ਪਹਿਲੇ ਨੰਬਰ ਦੇ ਉੱਪਰ ਸਰਕਾਰਾਂ ਜ਼ਿੰਮੇਵਾਰ ਨੇ ਇਹ ਸਾਰੇ ਕਾਸੇ ਦੇ ਲਈ ਜੋ ਵੀ ਇਹ ਖਲਾਰੇ ਖਲਾਰੇ ਗਏ ਉਹਨਾਂ ਕੁੜੀਆਂ ਦੇ ਵੱਲੋਂ ਜਾਂ ਖਲਾਰੇ ਜਾ ਰਹੇ ਨਹੀਂ ਦੂਜੇ ਨੰਬਰ ਦੇ ਉੱਪਰ ਉਹ ਖੁਦ ਜ਼ਿੰਮੇਵਾਰ ਨੇ ਉਹਨਾਂ ਨੂੰ ਕੁਝ ਹੋਰ ਕੰਮ ਨਹੀਂ ਕੀ ਲੱਭਦਾ ਪੜਾ ਕੀ ਉਹ ਰੇੜੀ ਨਹੀਂ ਲਾ ਸਕਦੀਆਂ ਕੀ ਉਹ ਕੋਈ ਹੋਰ ਹੱਥੀ ਕਿਰਤ ਨਹੀਂ ਕਰ ਸਕਦੀਆਂ ਕਿ ਜਿਹੜੇ ਕਾਰੋਬਾਰ ਮੁੰਡੇ ਕਰਦੇ ਨੇ ਕੀ ਉਹ ਨਹੀਂ ਕਰ ਸਕਦੀਆਂ ਕੀ ਉਹ ਮਿਹਨਤ ਮਜ਼ਦੂਰੀ ਨਹੀਂ ਕਰ ਸਕਦੀਆਂ ਕਿ ਗੁਰੂ ਸਾਹਿਬ ਜਿਨੇ ਆਹੇ ਕੋ ਜਾਖਿਆ ਸਕਾ ਕਿ ਆਹੇ ਕੁਝ ਕਰੋ ਸਰਕਾਰਾਂ ਜ਼ਿੰਮੇਵਾਰ ਇਸ ਕਰਕੇ ਨੇ ਕਿਉਂਕਿ ਤੁਸੀਂ ਸੋਚ ਕੇ ਵੇਖੋ ਮੈਂ ਮੁਲਕ ਦੀ ਗੱਲ ਕਰ ਰਿਹਾ ਇੱਥੋਂ ਦੇ ਨਿਜ਼ਾਮ ਨੇ 77 78 ਵਰਿਆਂ ਦੇ ਵਿੱਚ 76 77 ਉਹਨਾਂ ਨੇ ਲੋਕਾਂ ਨੂੰ ਔਰ ਇਸ ਮੁਲਕ ਦੀ ਜਿਹੜੀ ਨਾਰੀ ਹੈ ਉਹਨੂੰ ਇਸ ਲੈਵਲ ਤੱਕ ਲੈ ਆਂਦਾ ਕਿ ਤੁਹਾਨੂੰ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਲੋਕਾਂ ਦੇ ਸਾਹਮਣੇ ਨਿਰਵਸਤਰ ਹੋਣਾ ਪਊਗਾ ਆ ਇੱਥੇ ਤੱਕ ਲੈ ਆਈਆਂ ਜੀ ਸਰਕਾਰਾਂ ਤੇ ਵਿਕਾਸ ਮੁਲਕ ਉਹ ਫਿਰ ਵਿਕਾਸ ਕੀ ਬਲੰਦੀਓ ਕੁਝ ਹੋਣੇ ਗਿਆ ਹੂਆ ਹੈ ਇੱਕ ਗੱਲ ਹੋਰ ਬੜੇ ਧਿਆਨ ਦੇ ਨਾਲ ਹੁਣ ਕੋਈ ਸੱਜਣ ਥੱਲੇ ਕਮੈਂਟ ਕਰਿਓ ਬੇਸ਼ੱਕ ਕਰਿਓ ਕਿ ਸੱਜਣਾ ਤੂੰ ਵੀ ਦੇਖਦਾ ਰਹਿਣਾ ਲੱਗਦਾ ਖਰੇ ਉਹਨਾਂ ਕੁੜੀਆਂ ਨੂੰ ਹਾਂ ਮੈਂ ਦੇਖਦਾ ਰਹਿਣਾ ਉਹਨਾਂ ਕੁੜੀਆਂ ਨੂੰ ਮੈਂ ਪਤਾ ਕੀ ਦੇਖਦਾ ਤੁਸੀਂ ਵੀ ਦੇਖਦੇ ਹੋਵੋਗੇ ਤੁਸੀਂ ਜਿਹੜੀਆਂ ਨਾ ਉਹ ਹਾ ਭਾਅ ਵੇਦਾ ਦਿਖਾਉਂਦੀਆਂ ਨੇ ਉਹਨਾਂ ਵਿੱਚੋਂ ਤੁਹਾਨੂੰ ਬਹੁਤ ਸਾਰੀਆਂ ਏਦਾਂ ਦੀਆਂ ਨਜ਼ਰ ਆਉਣਗੀਆਂ ਜਿਨ੍ਹਾਂ ਵੱਲੇ ਵੇਖ ਕੇ ਜਿਨ੍ਹਾਂ ਦਾ ਰੌ ਰੱਬੀਆ ਵੇਖ ਕੇ ਜਿਹੜਾ ਵੱਡਾ ਕਰਕੇ ਸੁਣਿਓ ਤੁਹਾਡੇ ਮਨ ਦੇ ਅੰਦਰ ਵਿਕਾਰ ਪੈਦਾ ਹੁੰਦੇ ਹੋਣਗੇ ਠੀਕ ਆ ਜੀ ਔਰ ਤੁਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿੰਨਾ ਵੀ ਡਿੱਗਿਆ ਤੋਂ ਡਿੱਗਿਆ ਜਿਹੜਾ ਇਨਸਾਨ ਹੋਣਾ ਜੀ ਉਹ ਵੀ ਕਮੈਂਟ ਕਰਕੇ ਦੱਸ ਦੇਵੇ ਤੁਹਾਨੂੰ ਬਹੁਤ ਸਾਰੀਆਂ ਲੜਕੀਆਂ ਤੇ ਬਹੁਤ ਸਾਰੀਆਂ ਤੁਹਾਨੂੰ ਔਰਤਾਂ ਇਦਾਂ ਦੀਆਂ ਨਜ਼ਰ ਆਉਣਗੀਆਂ ਉਹਨਾਂ ਦੇ ਚਿਹਰੇ ਪੜ ਕੇ ਤੁਹਾਨੂੰ ਸਾਫ਼ ਤੇ ਸਾਫ਼ ਪਤਾ ਲੱਗ ਜਾਊਗਾ ਕਿ ਉਹ ਕਿੰਨੀਆਂ ਜ਼ਿਆਦਾ ਮਜਬੂਰ ਨੇ ਉਹਨਾਂ ਨੂੰ ਹੁਣ ਇੱਕ ਜਰੀਆ ਲੱਭ ਪਿਆ ਸਿਰਫ ਚਿਹਰਾ ਤੇ ਅੱਖਾਂ ਬੋਲ ਕੇ ਦੱਸਦੀਆਂ ਨੇ ਉਹਨਾਂ ਦੀ ਬਾਡੀ ਦੇ ਨਾਲ ਮੈਚ ਨਹੀਂ ਕਰਦੀਆਂ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਦੀ ਉਹਨਾਂ ਦੇ ਜਿਹੜੇ ਫੇਸ ਇਮਪ੍ਰੈਸ਼ਨ ਹੈਗੇ ਨੇ ਮੈਚ ਨਹੀਂ ਅਸਲ ਦੇ ਵਿੱਚ ਉਹ ਉਹ ਸਾਰਾ ਕੁਝ ਕਰਨਾ ਨਹੀਂ ਚਾਹੁੰਦੀ ਪਰ ਉਹਨਾਂ ਨੂੰ ਇਹ ਲੱਗਦਾ ਹੈ ਤੇ ਸਾਡੇ ਮੁਲਕ ਦੇ ਜਿਹੜੇ ਲੋਕ ਆ ਨਾ ਜਿਹੜਾ ਸਾਡਾ ਮੁਲਕ ਦਾ ਮਰਦਵਾ ਉਹ ਆਹ ਹੀ ਕੁਝ ਵੇਖਣਾ ਚਾਹੁੰਦਾ ਤੇ ਚਲੋ ਦੇਖ ਲਵੇ ਸਾਡੇ ਘਰੇ ਚੁੱਲਾ ਬਲਦਾ ਹੋ ਜਾਏ ਆ ਹਾਲਾਤ ਆ ਮੁਲਕ ਦੇ ਸ਼ਰਮਨਾਕ ਲੱਗਦੇ ਆ ਜੀ ਕਿਸੇ ਨੂੰ ਭਲਾ ਤਲਖ ਸਚਾਈ ਹੈ ਤਲਖ ਸਚਾਈ ਹੈ ਆ ਜਿਹੜੀਆਂ ਮੈਂ ਗੱਲਾਂ ਕਰਕੇ ਹਟਿਆ ਨਾ ਸਾਡੀਆਂ ਭੈਣਾਂ ਨੇ ਵੀ ਸੁਣਨੀਆਂ ਸੜ ਤੋਂ ਛੋਟੀਆਂ ਨੇ ਵੀ ਸੁਣਨੀਆਂ ਸੜ ਤੋਂ ਬਡੇਰੀ ਉਮਰ ਦੇ ਨੇ ਵੀ ਪਰ ਤਲਖ ਸਚਾਈ ਇਹ ਹੀ ਆ ਹੁਣ ਕੋਈ ਕਮੈਂਟ ਕਰਿਓ ਭਈ ਇਹਦੇ ਲਈ ਸਰਕਾਰ ਭਲਾ ਕਿਦਾ ਜ਼ਿੰਮੇਵਾਰ ਆ ਸਰਕਾਰ ਜੇ ਸਾਡੇ ਚੈਨਲ ਬੰਦ ਕਰ ਸਕਦੀਆਂ ਨੇ ਤਾਂ ਸਰਕਾਰਾਂ ਕੀ ਉਹ ਸਾਰਾ ਕੁਝ ਨਹੀਂ ਬੰਦ ਕਰ ਸਕਦੀਆਂ ਕੀ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹਨਾਂ ਨੂੰ ਆਪਾਂ ਕਿਸੇ ਹੋਰ ਕਿਤੇ ਕਿਸੇ ਹੋਰ ਧੰਦੇ ਲਾਈਏ ਸਰਕਾਰਾਂ ਨੇ ਉਹ ਸਾਰਾ ਕੁਝ ਨਹੀਂ ਕੀਤਾ ਅੱਛਾ ਇਸ ਤੋਂ ਜ਼ਿਆਦਾ ਕੀ ਤੁਹਾਨੂੰ ਲੱਗਦਾ ਕਿ ਕੁਝ ਹੋਰ ਗਣਾਉਣ ਦੀ ਲੋੜ ਹੈ ਦੇ ਵਿਕਾਸ ਦੀ ਬੁਲੰਦੀਆਂ ਕੋ ਮੁਲਕ ਛੂਨੇ ਗਿਆ ਹੂਆ ਹੈ ਜਾਂ ਨਹੀਂ ਗਿਆ ਹੂਆ ਮੈਂ ਜਿੰਨਾ ਕਿ ਵੀਡੀਓ ਦੇਖਣ ਦੇ ਸਗਾ ਪਾਰਲੀਮੈਂਟ ਦੇ ਵਿੱਚ ਮੈਂ ਸੁਣ ਰਿਹਾ ਸਗਾ ਇੱਕ ਸ਼ਖਸ ਨੂੰ ਪਾਰਲੀਮੈਂਟ ਦੇ ਵਿੱਚ ਉਹ ਗੱਲ ਕਰ ਰਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕੀਤਾ ਕੀ ਹੈਗਾ ਕਹਿੰਦੇ 10 ਵਰਿਆਂ ਦੇ ਵਿੱਚ ਕਹਿੰਦੇ ਰੇਲ ਵੇਚਤੀ ਉਹਨਾਂ ਨੇ ਰੇਲਵੇ ਉਹ ਵੇਚ ਦਿੱਤੀ ਇਹਨਾਂ ਨੇ ਹੌਲੀ ਹੌਲੀ ਕਿੰਨਾ ਕੁਛ ਗਣਾਇਆ ਉਹਨਾਂ ਨੇ ਕਹਿੰਦੇ ਮੁਲਕ ਦਾ ਕਹਿੰਦੇ ਸਾਰਾ ਹੀ ਕੁਝ ਵੇਚ ਦਿੱਤਾ ਕਹਿੰਦੇ ਇਹ ਰਣਨੀਆ ਖੁੰਦੀਆਂ ਜਿਹੜੀਆਂ ਕੁਝ ਹੋਰ ਚੀਜ਼ਾਂ ਨੇ ਉਹਨਾਂ ਦੀ ਵੀ ਲਿਸਟ ਕਢਾਈ ਕਹਿੰਦੇ ਇਹਨਾਂ ਨੇ ਉਹ ਵੀ ਸਾਰਾ ਕੁਝ ਵੇਚ ਦੇਣਾ ਇੱਕ ਦਿਨ ਕਹਿੰਦਾ ਕਹਿੰਦੇ ਮੁਲਕ ਹੀ ਸਾਰਾ ਇਹਨਾਂ ਨੇ ਵੇਚ ਕੇ ਚੱਲ ਜਾਣਾ ਔਰ ਤੁਹਾਨੂੰ ਚਿਤ ਹੈਗਾ ਇੱਕ ਇੱਕ ਵੇਰ ਨਾਲ ਪਿੱਛੇ ਜਾਏ ਮੋਦੀ ਹਰਾਨੇ ਇੱਕ ਲਫਜ਼ ਬੋਲਿਆ ਸੀਗਾ ਇੱਕ ਲਾਈਨ ਬੋਲੀ ਸੀ ਕਿ ਮੈਂ ਤੁਹਾਨੂੰ ਬੋਲ ਕੇ ਦੱਸ ਦੇਣਾ ਉਹ ਕਹਿੰਦਾ ਸੀ ਕਿ ਹਮਾਰਾ ਕੀ ਹੈ ਹਮ ਤੋ ਝੋਲਾ ਲੈ ਕੇ ਕਹੀਂ ਵੀ ਚੱਲ ਪੜੇਗੇ ਉਹਨੇ ਵੀ ਆਇਗਾ ਨਾ ਕਿ ਅਖੀਰ ਜਾਈ ਦੇ ਵਿੱਚ ਕਹਿੰਦਾ ਇਹਨਾਂ ਨੇ ਦੇਸ਼ ਦਾ ਬੇੜਾਗਰਕ ਕਰ ਦਿੱਤਾ ਇਹਨਾਂ ਨੇ ਮੁਲਕ ਰੰਦਾ ਖੁੰਦਾ ਉਹ ਵੀ ਵੇਚ ਦੇਣਾ ਇਹਨਾਂ ਦਾ ਕੀ ਹੈ ਕਹਿੰਦਾ ਜੇ ਤੋ ਖੁਦ ਕਹ ਕਿ ਹਮ ਤੋ ਝੋਲਾ ਲੈ ਕੇ ਹਮ ਤੋ ਫਕੀਰ ਆਦਮੀ ਹੈ ਹਮ ਤੋ ਝੋਲਾ ਲੈ ਕੇ ਕਹੀਂ ਵੀ ਚਲ ਦੇਂਗੇ ਭਈ ਤੁਸੀਂ ਤੇ ਹੋਵਗੇ ਫਕੀਰ ਆਦਮੀ ਝੋਲਾ ਲੈ ਕੇ ਕਹੀਂ ਵੀ ਚਲ ਪੜੋਂਗੇ ਪਰ ਜਿਹੜੇ ਬਾਕੀ ਦੇਸ਼ ਦੇ ਲੋਕ ਹੈਗੇ ਆ ਉਹਨਾਂ ਨੇ ਵੀ ਕਦੀ ਪੁੱਛ ਲੋ ਮੜਾ ਜਹਾ ਭਈ ਉਹ ਫਕੀਰ ਹੋਆ ਭਲਾ ਉਹਨਾਂ ਨੇ ਝੋਲਾ ਲੈ ਕੇ ਕਿੱਧਰ ਹੀ ਨਹੀਂ ਜਾਣਾ ਹੈਗਾ ਉਹਨਾਂ ਦੇ ਕੋਲ ਨਿਆਣੇ ਵੀ ਆ ਹੁਣ ਆ ਗੱਲ ਕੰਜ ਨੂੰ ਬੁਰੀ ਲੱਗਣੀ ਆ ਭਈ ਉਹਦੇ ਉਹਨਾਂ ਦੇ ਨਿਆਣੇ ਤੁਹਾਡੇ ਹੁਣ ਹੁਣ ਮੇਰੀ ਦੇਖੋ ਗੱਲ ਸੁਣੋ ਹੁਣ ਜਿਹਨਾਂ ਨੇ ਵਿਆਹ ਨਹੀਂ ਕਰਾਈ ਇਕੱਲੇ ਕਹਰੇ ਜਿਹੜੇ ਹੈਗੇ ਆ ਜਿਹੜੇ ਛੜੇ ਪ੍ਰਧਾਨ ਮੰਤਰੀ ਆ ਜਾਂ ਜਿਹੜੇ ਛੜੇ ਮੈਂਬਰ ਪਾਰਲੀਮੈਂਟ ਐਮ ਐਲ ਏ ਆ ਜਾਂ ਹੋਰ ਜਿਹੜੇ ਵੀ ਸ ਸਾਰਾ ਕੁਝ ਉਹਨਾਂ ਨੂੰ ਤਾਂ ਇਸ ਗੱਲ ਦਾ ਤਾਂ ਨਹੀਂ ਫਿਕਰ ਹੈਗਾ ਨਾ ਕੋਈ ਹੋ ਸਕਦਾ ਉਹਨਾਂ ਨੂੰ ਕਿਸੇ ਹੋਰ ਗੱਲ ਦੀ ਫਿਕਰ ਹੋਵੇ ਹੋ ਸਕਦਾ ਭਰਾਵਾ ਸੱਚੀ ਕਿਸੇ ਨੂੰ ਇਸ ਮੁਲਕ ਦੀ ਜਾਂ ਆਪਣੀ ਸਟੇਟ ਦੀ ਫਿਕਰ ਹੋਵੇ ਆਪਣੇ ਮੁਲਕ ਦੇ ਲੋਕਾਂ ਦੀ ਫਿਕਰ ਹੋਵੇ ਰੱਬ ਜਾਣੇ ਹੋ ਸਕਦਾ ਕਿ ਉਹਨਾਂ ਸੱਚੀ ਹੋਵੇ ਪਰ ਉਹਨਾਂ ਨੂੰ ਇਸ ਗੱਲ ਦੀ ਤਾਂ ਕੋਈ ਫਿਕਰ ਨਹੀਂ ਹੈਗੀ ਨਾ ਕਿ ਅਸੀਂ ਆਪਣਾ ਪਰਿਵਾਰ ਲੈ ਕੇ ਕਿੱਥੋਂ ਜਾਣਾ ਪਰ ਭਰਾਵਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਆਪ ਤੋ ਝੋਲਾ ਲੈ ਕੇ ਕਹੀਂ ਵੀ ਚੱਲ ਪੜੋਗੇ ਪਰ ਜਿਹੜੇ ਮੁਲਕ ਦੇ ਹੋਰ ਲੋਕ ਹੈਗੇ ਨੇ ਤੁਸੀਂ ਦੱਸੋ ਉਹ ਕਿੱਥੇ ਜਾਣਗੇ ਤੁਸੀਂ ਦੱਸੋ ਕਮਾਈ ਦਾ ਸਾਧਨ ਆ ਹੁੰਦਾ ਭਲਾ ਆ ਹੋਣਾ ਚਾਹੀਦਾ ਸੀ ਭਲਾ ਤੁਸੀਂ ਸੋਚ ਕੇ ਦੱਸ ਅੱਛਾ ਪਿੱਛੇ ਜਨਾ ਮੈਂ ਬੜਾ ਹੈਰਾਨ ਹੋਇਆ ਉੱਥੇ ਆਪਾਂ ਗੱਲ ਵੀ ਕੀਤੀ ਸੀਗੀ ਸੋਚ ਕੇ ਵੇਖੋ ਅਸੀਂ ਕਿਹੋ ਜਿਹਾ ਰਾਜ ਦੀ ਗੱਲ ਕਰਦੇ ਆ ਕੀ ਸਿਰਜਣਾ ਚਾਹੁੰਦੇ ਆ ਅੱਛਾ ਸਿੱਖ ਚਾਹੁੰਦੇ ਆ ਕਿ ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਵਰਗਾ ਰਾਜ ਭਾਗ ਇੱਥੇ ਮੋੜ ਸਥਾਪਿਤ ਹੋ ਜਵੇ ਸਿੱਖ ਆ ਚਾਹੁੰਦੇ ਆ ਉੱਥੇ ਅੱਛਾ ਮੈਨੂੰ ਦੱਸਿਓ ਸਾਰੇ ਧੀਆਂ ਪਿਆਣਾ ਵਾਲੇ ਹੈਗੇ ਆ ਪਰਿਵਾਰਾਂ ਵਾਲੇ ਹੈਗੇ ਆ ਇਹ ਸੁਪਰੀਮ ਕੋਰਟ ਨੇ ਪਿਛਲੇ ਇੱਕ ਫੈਸਲਾ ਦਿੱਤਾ ਸੀਗਾ ਆ ਦੇਵਪਾਰਨੀ ਹੈਗਾ ਜਿਹੜਾ ਉਹਨੂੰ ਮਾਨਤਾ ਦੇਤੀ ਸੀ ਕਿ ਅਸੀਂ ਉਹਨੂੰ ਮਾਨਤਾ ਦਿੰਨੇ ਹਾਂ ਚਾਹੀਦਾ ਕੀ ਸੀ ਪੜਾ ਚਾਹੀਦਾ ਤਾਂ ਇਹ ਸੀਗਾ ਕਿ ਅਸੀਂ ਇਹਨੂੰ ਮਾਨਤਾ ਨਹੀਂ ਦਿੰਨੇ ਬੱਚਿਓ ਭੈਣੋ ਮਤਾਓ ਆਓ ਤੁਹਾਨੂੰ ਕਿਸੇ ਹੋਰ ਕਿਤੇ ਲਾਈਏ ਹਾਂ ਜੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਜੋ ਕੁਝ ਵੀ ਕਰਨਾ ਹੈਗਾ ਆਪਣੀਆਂ ਗਰਲਫ੍ਰੈਂਡਾਂ ਦੇ ਨਾਲ ਤੇ ਆਪਣੇ ਬੁਆਏਫ੍ਰੈਂਡਾਂ ਦੇ ਨਾਲ ਤੇ ਮਰਦ ਫ੍ਰੈਂਡਾਂ ਦੇ ਨਾਲ ਜਿੱਥੇ ਮਰਜ਼ੀ ਘੂਮੋ ਫਿਰੋ ਪਰ ਅਸੀਂ ਸਰਕਾਰੀ ਤੌਰ ਤੇ ਉਹਨੂੰ ਮਾਨਤਾ ਨਹੀਂ ਦੇ ਸਕਦੇ ਅਸੀਂ ਕਾਨੂੰਨੀ ਮਾਨਤਾ ਨਹੀਂ ਦੇ ਸਕਦੇ ਜੇ ਤਾਂ ਇਦਾਂ ਦੀ ਗੱਲ ਕੋਈ ਹੁੰਦੀ ਫਿਰ ਤਾਂ ਗੱਲ ਹੁੰਦੀ ਵਾਜਬ ਤੈਨੂੰ ਸੋਚ ਕੇ ਵੇਖੋ ਅਸੀਂ ਕਿਹੋ ਜਿਹੇ ਮੁਲਕ ਦੇ ਵਿੱਚ ਰਹਿ ਰਹੇ ਹਾਂ ਕਿਹੋ ਜਿਹੇ ਨਿਜ਼ਾਮ ਦੇ ਵਿੱਚ ਰਹਿ ਰਹੇ ਹਾਂ ਹੁਣ ਕੱਲ ਨੂੰ ਭਲਾ ਉਸ ਦਿਨ ਵੀ ਗੱਲ ਕੀਤੀ ਸੀ ਜਦੋਂ ਆ ਮਾਨਤਾ ਦਿੱਤੀ ਉਸ ਦਿਨ ਵੀ ਗੱਲ ਕੀਤੀ ਸੀਗੀ ਜਦੋਂ ਕਾਨੂੰਨ ਨਹੀਂ ਮਾਨਤਾ ਦੇਤੀ ਇੱਕ ਭਰਾ ਕੀ ਆਖਿਆ ਕਰੂੰਗਾ ਵੀ ਤੁਹਾਡੀ ਸਿਸਟਰ ਕੀ ਕਰਦੀ ਐ ਆ ਸ਼ੀ ਇਜ਼ ਅੰਗਰੇਜ਼ੀ ਵਿੱਚ ਬੋਲ ਕੇ ਜਰਾ ਦੱਸ ਦਿਆ ਕਰੂੰਗਾ ਸਤਕਾਰ ਜਿਹੇ ਦੇ ਨਾਲ ਇਹ ਕੰਮ ਉਹ ਕੋਈ ਪਹਿਲਾਂ ਤੁਸੀਂ ਦੱਸੋ ਮੈਨੂੰ ਇਹਨੂੰ ਇਹ ਇਸ ਇਸ ਧੰਦੇ ਨੂੰ ਮਾਨਤਾ ਦੇਤੀ ਮਾਨਤਾ ਹੈ ਇਸ ਧੰਦੇ ਨੂੰ ਪੁੱਤ ਵੀ ਦੱਸ ਦਿਆ ਕਰੂੰਗਾ ਮੇਰੀ ਮਾਂ ਆਹ ਕਰਦੀ ਐ ਮਾਂ ਵੀ ਦੱਸ ਦਿਆ ਕਰ ਰੁਪਏ ਵੀ ਦੱਸ ਮ੍ਰਿਤਿਆਕ ਹਰ ਦੋਆ ਯਾਰ ਅਸੀਂ ਸੋਚ ਕੇ ਦੱਸੋ ਆ 2024 ਦੇ ਇਲੈਕਸ਼ਨਾਂ ਦੇ ਰਾਮ ਰੌਲੇ ਦੀ ਮੈਂ ਗੱਲ ਕਰ ਰਿਹਾ ਜਿੰਨਾ ਵੀ ਆ ਰਾਮ ਰੌਲਾ ਲੋਕਾਂ ਨੂੰ ਲੱਗਦਾ ਕਰੇ ਇਹਦੇ ਵਿੱਚ ਕੁਝ ਨਿਕਲੂਗਾ ਤੁਸੀਂ ਮੈਨੂੰ ਦੱਸੋ ਆ ਕੁਝ ਨਿਕਲ ਰਿਹਾ ਹੈ ਇਹਦੇ ਵਿੱਚ ਇੰਨੇ ਵਰਿਆਂ ਦੇ ਬਾਅਦ ਵੀ ਅਮੀਰੀ ਤੇ ਗਰੀਬੀ ਦੇ ਕੀ ਮੈਨੇ ਹੁੰਦੇ ਨੇ ਅੱਜ ਕਈਆਂ ਨੂੰ ਲੱਗਦਾ ਹੋਊਗਾ ਕਿ ਸਾਡਾ ਜੀਵਨ ਪੱਧਰ ਉੱਚਾ ਹੋ ਗਿਆ ਜੀਵਨ ਪੱਧਰ ਉੱਚੇ ਹੋਣ ਦੇ ਕੀ ਮੈਨੇ ਹੁੰਦੇ ਨੇ ਭਲਾ ਪਹਿਲਾਂ ਆਮ ਲੋਕਾਂ ਦੇ ਤੱਕ ਪਹੁੰਚ ਹੀ ਨਹੀਂ ਸੀ ਹੁੰਦੀ ਆ ਜਿਹੜੀਆਂ ਚੀਜ਼ਾਂ ਜਿਹੜੇ ਸੁੱਖ ਸਾਧਨ ਅੱਜ ਸਾਡੇ ਘਰਾਂ ਦੇ ਵਿੱਚ ਹੈਗੇ ਆ ਉਸ ਵੇਲੇ ਉਹ ਕੀਮਤੀ ਹੁੰਦੇ ਸਗੇ ਆ ਇਲੈਕਟ੍ਰੋਨਿਕ ਜਾਂ ਇਲੈਕਟ੍ਰੀਕਲ ਚੀਜ਼ਾਂ ਇਹ ਮਹਿੰਗੀਆਂ ਹੁੰਦੀਆਂ ਸੀਗੀਆਂ ਇਹਨਾਂ ਚੀਜ਼ਾਂ ਦਾ ਰੇਟ ਘਟ ਜਾਂਦੇ ਆ ਹੌਲੀ-ਹੌਲੀ ਜਿਹਦੇ ਕਰਕੇ ਆਮ ਲੋਕਾਂ ਦੇ ਘਰਾਂ ਤੱਕ ਆ ਗਈਆਂ ਗੱਡੀਆਂ ਕਾਰਾਂ ਮੋਟਰਸਾਈਕਲ ਆਮ ਲੋਕ ਉਦੋਂ ਸਾਈਕਲ ਦਾ ਜਮਾਨਾ ਸੀ ਕਿ ਸਾਈਕਲ ਹੀ ਹੁੰਨੇ ਸੀ ਲੋਕਾਂ ਦੇ ਕੋਲ ਵਧੀਆ ਕੋਈ ਸਾਈਕਲ ਲੈ ਲੈਂਦਾ ਜਿਹੜਾ ਕੋ ਕੁੱਕੜੀਆਂ ਲੈ ਲੈਂਦਾ ਸੀਗਾ ਜੀਵਨ ਪੱਧਰ ਉੱਚਾ ਹੋਣਾ ਇਹਦੇ ਮayne ਕੀ ਹੁੰਦੇ ਨੇ ਭਲਾ ਦੇਖੋ ਜਿਨ੍ਹਾਂ ਦੇ ਵਾਸਤੇ ਤਾਂ ਹੈਗਾ ਜੀਵਨ ਪੱਧਰ ਉੱਚਾ ਹੋਣ ਦਾ ਆ ਮayne ਆ ਕਿ ਸਾਡੇ ਕੋਲ ਸਾਡੇ ਘਰ ਦੇ ਵਿੱਚ ਕੱਲ ਤੱਕ ਆ ਚੀਜ਼ਾਂ ਸੀਗੀਆਂ ਸਿਰਫ ਇੰਨੀਆਂ ਕ ਅੱਜ ਸਾਡੇ ਕੋਲ ਸੁੱਖ ਸਹੂਲਤਾਂ ਜ਼ਿਆਦਾ ਨੇ ਜੇ ਤਾਂ ਹੈਗਾ ਜੀਵਨ ਪੱਧਰ ਨੂੰ ਆਪਾਂ ਇਸ ਪੈਰਾਮੀਟਰ ਦੇ ਨਾਲ ਨਾਪਣਾ ਸੁੱਖ ਸਹੂਲਤਾਂ ਆਪਣੇ ਘਰਾਂ ਦੇ ਵਿੱਚ ਹੋਣ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਜਿਹੜਾ ਜੀਵਨ ਪੱਧਰ ਦਾ ਮਾਇਨਾ ਹੈਗਾ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਆ ਵੀ ਹੋਣਾ ਚਾਹੀਦਾ ਨਾਲ-ਨਾਲ ਜਾਂ ਬਰਾਬਰ ਜਾਂ ਬਰਾਬਰ ਤੋਂ ਵੀ ਇੱਕ ਦੋ ਚਾਰ ਸਟੈਪ ਅੱਗੇ ਕਿ ਜਿਹੜਾ ਸਾਡਾ ਸ਼ਾਨਾਮਤਾਂ ਸੱਭਿਆਚਾਰ ਜਿਹੜਾ ਜਿਹੜੀਆਂ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਨੇ ਜਿਹੜੀ ਸਾਡੇ ਕੋਲ ਸ਼ਰਮ ਤੇ ਹਯਾ ਦਾ ਦੀ ਕੋਈ ਚੁੰਨੀ ਹੈ ਭਈ ਉਹ ਸਾਡੇ ਸਿਰ ਦੇ ਉੱਪਰ ਚੰਗੀ ਤਰ੍ਹਾਂ ਸਾਨੂੰ ਨਜ਼ਰ ਆਉਂਦੀ ਹੁੰਦੀ ਕੀ ਆ ਨਹੀਂ ਲੱਗਦਾ ਹੈਗਾ ਕਿ ਇਸ ਗੱਲ ਨੂੰ ਵੀ ਆਪਾਂ ਅਮੀਰੀ ਕਹਿ ਸਕਦੇ ਆ ਇਹਨੂੰ ਵੀ ਤਾਂ ਆਪਾਂ ਕਹਿ ਸਕਦੇ ਨੇ ਕਿ ਜੀਵਨ ਪੱਧਰ ਸਾਡਾ ਉੱਚਾ ਹੋਇਆ ਹੈ ਤੁਸੀਂ ਬਹੁਤ ਸਾਰੀਆਂ ਇਦਾਂ ਦੀਆਂ ਬੀਬੀਆਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਦੇ ਆ ਭੈਣ ਭਰਾਵਾਂ ਨੇ ਜਿਨ੍ਹਾਂ ਦੇ ਘਰਦਿਆਂ ਨੇ ਉਹਨਾਂ ਨੂੰ ਇਹ ਸੇਕਰਕੇ ਤਿਆਗ ਦਿੱਤਾ ਉਹਨਾਂ ਦਾ ਸਾਥ ਛੱਡ ਦਿੱਤਾ ਕਿ ਉਹ ਕੁਰਾਹੇ ਪੈ ਗਈਆਂ ਨੇ ਕੁਰਾਹੇ ਪੈ ਗਈਆਂ ਹੁਣ ਉਹ ਜਿਹੜੀਆਂ ਕੁਰਾਹੇ ਪੈ ਗਈਆਂ ਤੁਸੀਂ ਉਹਨਾਂ ਨੂੰ ਮੋੜਨ ਵਾਸਤੇ ਲੈਣ ਜਾਓ ਉਹਨਾਂ ਨੂੰ ਉਹਨਾਂ ਵਿੱਚੋਂ ਇੱਕ ਕੋਈ ਸੱਜਣ ਹੈ ਗਿਆ ਉਹ ਕਿਸੇ ਬੀਬੀ ਦੇ ਕੋਲ ਚਲ ਗਿਆ ਕਿਸੇ ਕੁੜੀ ਕੋ ਪਤਾ ਕੀ ਕਹਿੰਦੀ ਅੱਗੇ ਉਹਨਾਂ ਨੇ ਜੋ ਲਫ਼ਜ਼ ਬੋਲਿਆ ਦੇਖੋ ਹੁਣ ਮਤ ਕੋਈ ਆਖੇ ਸਾਡੇ ਉਸ ਆਪਣੀਆਂ ਹੀ ਨੇ ਕੋਈ ਨਾ ਕੋਈ ਬੈਰੀ ਨਹੀਂ ਬੇਗਾਨਾ ਪਰ ਮਾਨਸਿਕਤਾ ਤੁਸੀਂ ਦੇਖੋ ਕਿੱਥੇ ਜਾ ਉਹ ਕਹਿੰਦੇ ਵੀ 2 ਲੱਖ ਰੁਪਏ ਮੈਨੂੰ ਪਰ ਮਾਂਥ ਦੇ ਦਿਆ ਕਰੋ ਤੇ ਮੈਂ ਆ ਜੋ ਕੁਝ ਵੀ ਮੈਂ ਆ ਖਲਾਰੇ ਖਲਾਰਦੀਆਂ ਮੈਂ ਇਹ ਛੱਡ ਦੂੰ ਉਹ ਬੰਦਾ ਵਿਚਾਰਾ ਮਾਤਰ ਜਿਹਾ ਸਿਕਾ ਆਪਣੇ ਵਰਗਾ ਉਹ ਘਰ ਨੂੰ ਆ ਗਿਆ 2 ਲੱਖ ਰੁਪਏ ਤਾਂ ਮੈਨੂੰ ਤਾਂ ਸਾਲ ਦੇ ਨਹੀਂ ਕਮਾਉਂਦਾ ਹੋਣਾ 2 ਲੱਖ ਰੁਪਈਆ ਤੇ ਉਹ ਸਾਲ ਦਾ ਨਹੀਂ ਕਮਾਉਂਦਾ ਹੋਣਾ ਉਹ ਘਰ ਨੂੰ ਆ ਗਿਆ ਕੀ ਕਹਿਣ ਗਿਆ ਸਿਕਾ ਉਹਨੂੰ ਭੈਣ ਕਹਿ ਕੇ ਵਧੀਆ ਵਧੀਆ ਤਰੀਕੇ ਨਾਲ ਗੱਲ ਕਰਨ ਵਾਸਤੇ ਗਿਆ ਸਿਕਾ ਤਲਕ ਸਚਾਈ ਹੈ ਔਰ ਇਹਦੇ ਲਈ ਜ਼ਿੰਮੇਵਾਰ ਕੌਣਾ ਪਲਾ ਦੂਜੇ ਨੰਬਰ ਤੇ ਆਪ ਲੋਕ ਜ਼ਿੰਮੇਵਾਰ ਨੇ ਔਰ ਪਹਿਲੇ ਨੰਬਰ ਤੇ ਪਰ ਸਰਕਾਰਾਂ ਹੀ ਜ਼ਿੰਮੇਵਾਰ ਨੇ ਉਹ ਸਰਕਾਰਾਂ ਜ਼ਿੰਮੇਵਾਰ ਨੇ ਜੜੀਆਂ ਵਕ ਵਕ ਸਿਆਸੀ ਪਾਰਟੀਆਂ ਸਰਕਾਰਾਂ ਨੂੰ ਹੁਣ ਫੇਰ ਲੋਕੋ ਤੁਸੀਂ ਆਪ ਵੋਟਾਂ ਪਾ ਕੇ ਜਿਤਾਉਣਾ ਔਰ ਉਮੀਦ ਕਰਨੀ ਹੈ ਔਰ ਤੁਹਾਨੂੰ ਉਹਨਾਂ ਨੇ ਫੇਰ ਕਹਿਣਾ ਕਿ ਹਮਾਰਾ ਦੇਸ਼ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ ਪਿੱਛੇ ਝਾਤ ਮਾਰ ਕੇ ਵੇਖ ਲਿਆ ਕਰੋ ਕੱਲ ਤੱਕ ਹਾਲਾਤ ਕਿਦਾਂ ਦੇ ਸਿਗੇ ਪਰਿਵਾਰਾਂ ਦੇ ਹਾਲਾਤ ਕਿਦਾਂ ਦੇ ਸਿਗੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਅੱਗੇ ਹੁੰਦੀ ਸੀਗੀ ਜਾਂ ਨਹੀਂ ਹੁੰਦੀ ਸੀ ਵਾਤਾਵਰਣ ਅੱਗੇ ਪ੍ਰਦੂਸ਼ਿਤ ਸੀਗਾ ਜਾਂ ਨਹੀਂ ਸੀਗਾ ਅੱਜ ਵਾਤਾਵਰਣ ਦੇ ਹਾਲਾਤ ਕਿਦਾਂ ਦੇ ਆ ਅੱਗੇ ਪੰਜਾਬ ਦੀ ਧਰਤੀ ਦਾ ਪੰਜਾਬੋਂ ਬਾਹਰ ਹੋਰ ਵੱਖ-ਵੱਖ ਸੂਬਿਆਂ ਦੇ ਧਰਤੀ ਹੇਠ ਲੱਪ ਪੀਣ ਯੋਗ ਪਾਣੀ ਉਹਦੇ ਹਾਲਾਤ ਕੱਲ ਕਿਦਾਂ ਦੇ ਸਿਗੇ ਤੇ ਅੱਜ ਕਿਦਾਂ ਦੇ ਹੋ ਗਏ ਆ ਸੋਚ ਕੇ ਵੇਖੋ ਕੰਪੈਰੀਜ਼ਨ ਕਰਕੇ ਵੇਖਿਆ ਕਰੋ ਨਾ ਜਦੋਂ ਰੋਜ਼ 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 ਵਾਤਾਵਰਣ ਗੰਦਲਾ ਸਾਡੇ ਆਸ-ਪਾਸ ਦਾ ਹੁੰਦਾ ਨਾ ਫੇਰ ਨਹੀਂ ਸਮਝ ਆਉਂਦੀ ਹੈਗੀ ਫਿਰ ਅਸੀਂ ਆਦੀ ਹੋ ਚੁੱਕੇ ਹੁੰਨੇ ਆ ਉਸ ਚੀਜ਼ ਦੇ ਜਦੋਂ ਪਿੱਛੇ ਝਾਤ ਮਾਰ ਕੇ ਵੇਖੂਗੇ ਨਾ ਫਿਰ ਸਹੀ ਤਸਵੀਰ ਸਾਹਮਣੇ ਆਉਣੀ ਹੈ ਫਿਰ ਸਹੀ ਪਤਾ ਲੱਗਣਾ ਕਿ ਵਿਕਾਸ ਕੀ ਬਲੰਦੀਆਂ ਕੋ ਕੌਣ ਕਿੰਨਾ ਕੁ ਸੁਣੇ ਗਿਆ ਹੂਆ ਹੈ ਤਾਂ ਬਸ ਇੰਨੀ ਇੱਕ ਗੱਲ ਕਹਿਣ ਵਾਸਤੇ ਮੈਂ ਦਰਸ਼ਕੋ ਤੁਹਾਡੇ ਰੂਪਰੂ ਹੋਇਆ ਸਗਾ ਇਸ ਸਾਰੇ ਕਾਸੇ ਤੋਂ ਉੱਪਰ ਉੱਠ ਕੇ ਇਹ ਸੋਚੋ ਕਿ ਅਸੀਂ ਸਾਰੇ ਮੁਲਕ ਦੇ ਹਾਲਾਤ ਬਿਹਤਰ ਬਣਾਉਣ ਦੇ ਵਾਸਤੇ ਕੀ ਕਰੀਏ ਜਾਂ ਸਾਨੂੰ ਕੀ ਕੀਤੇ ਜਾਣ ਦੀ ਜ਼ਰੂਰਤ ਹੈ ਕੀ ਤੁਹਾਨੂੰ ਅੱਜ ਵੀ ਲੱਗਦਾ ਏਦਾਂ ਕਿ ਬਸ ਇੱਕ ਪਾਰਟੀ ਗਈ ਤੇ ਦੂਜੀ ਆ ਗਈ ਦੂਜੀ ਗਈ ਤੇ ਪਹਿਲੀ ਆ ਗਈ ਦੋਹੇ ਰੱਦ ਕਰਤੀਆਂ ਤੀਜੀ ਆ ਗਈ ਤੀਜੀ ਤੋਂ ਫਿਰ ਮੋਹ ਭੰਗ ਹੋ ਗਿਆ ਫਿਰ ਪਹਿਲੀ ਆ ਗਈ ਫਿਰ ਦੂਜੀ ਫਿਰ ਤੀਜੀ ਪਰ ਤੁਹਾਡੇ ਹਾਲਾਤ ਮੁਲਕ ਦੇ ਹਾਲਾਤ ਆਮ ਲੋਕਾਂ ਦੇ ਹਾਲਾਤ ਬੱਚਿਆਂ ਦਾ ਫਿਊਚਰ ਉਹ ਸਾਰੇ ਕਾਸੇ ਦਾ ਕੀ ਬਣੂੰਗਾ ਕੀ ਬਣੂੰਗਾ ਇਹ ਗੱਲ ਸੋਚਣ ਵਾਲੀ ਹੈ ਇਹ ਗੱਲ ਚਿੰਤਾ ਵਾਲੀ ਹੈ ਇਹਦਾ ਮੰਥਨ ਕਰਨ ਦੀ ਜ਼ਰੂਰਤ ਹੈ ਔਰ ਉਸ ਤੋਂ ਬਾਅਦ ਆਮ ਲੋਕਾਂ ਨੂੰ ਹੀ ਸੰਘਰਸ਼ ਕਰਨਾ ਪੈਣਾ ਪਿੱਛੇ ਵੀ ਝਾਤ ਮਾਰ ਕੇ ਵੇਖ ਲੋ ਤੁਸੀਂ ਜਦੋਂ-ਜਦੋਂ ਵੀ ਵੱਡੀਆਂ ਤਬਦੀਲੀਆਂ ਆਈਆਂ ਨੇ ਆਮ ਲੋਕੋ ਤੁਸੀਂ ਹੀ ਸੰਘਰਸ਼ ਕੀਤਾ ਹੈ ਅੱਜ ਵੀ ਤੁਹਾਨੂੰ ਹੀ ਸੰਘਰਸ਼ ਕਰਨ ਦੀ ਜ਼ਰੂਰਤ ਹੈ ਔਰ ਸੰਘਰਸ਼ ਇਹ ਨਹੀਂ ਹੁੰਦਾ ਹੈਗਾ ਕਿ ਵਕ-ਵਕ ਸਿਆਸੀ ਲੀਡਰਾਂ ਦੇ ਪਿੱਛੇ ਜਦੋਂ ਰੈਲੀਆਂ ਕੱਢਦੇ ਨੇ ਉਹ ਉਹਨਾਂ ਦਾ ਹਿੱਸਾ ਬਣ ਕੇ ਵੱਗਾਂ ਦੇ ਵੱਗ ਉਹਨਾਂ ਦੇ ਪਿੱਛੇ ਤੁਰਦੇ ਜਾਓ ਆਹ ਨਹੀਂ ਤਬਦੀਲੀ ਐਦਾਂ ਤਬਦੀਲੀਆਂ ਨਹੀਂ ਤਬਦੀਲੀਆਂ ਆਉਂਦੀਆਂ ਨੇ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਦੇ ਨਾਲ ਤਬਦੀਲੀਆਂ ਆਉਂਦੀਆਂ ਨੇ ਇਲੈਕਸ਼ਨ ਸਿਸਟਮ ਤੋਂ ਵੀ ਜਰਾ ਕਰ ਲਾਂਭੇ ਹੋ ਕੇ ਕਿਸੇ ਹੋਰ ਤਰੀਕੇ ਦਾ ਸੰਘਰਸ਼ ਕਰਕੇ ਵੀ ਵੇਖ ਲਓ ਕਾਮਯਾਬੀਆਂ ਤੁਹਾਨੂੰ ਜ਼ਰੂਰ ਮਿਲਣਗੀਆਂ ਉਮੀਦ ਕਰੋ ਕੰਪੈਰੀਜ਼ਨ ਕਰ ਲਓ ਇੱਕ ਉਹ ਰਾਜ ਅੰਗਰੇਜ਼ਾਂ ਤੋਂ ਪਹਿਲਾਂ ਵਾਲਾ ਜਿਹੜਾ ਪੰਜਾਬ ਪੰਜਾਬ ਦਾ ਖੇਤਰਫਲ ਬਹੁਤ ਜ਼ਿਆਦਾ ਸੀਗਾ ਇੱਕ ਉਹ ਰਾਜ ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜਭਾਗ ਕਿੰਨਾ ਵਧੀਆ ਰਾਜ ਸੀਗਾ ਇੱਕ ਅਜ ਰਾਜ ਤਹਾਸਲਾ ਤੁਸੀਂ ਕਰਨਾ ਦੋਨੋਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਦਾ ਕੰਪੈਰੀਜ਼ਨ ਕਰੋਗੇ ਨਾ ਤਾਂ ਗੱਲ ਸਮਝ ਆਉਣੀ ਆ ਨਹੀਂ ਤਾਂ ਫੇਰ ਨਹੀਂ ਗੱਲ ਸਮਝ ਆਉਣੀ ਕਿਉਂਕਿ ਰੋਜ਼-ਰੋਜ਼ ਬਦਲ ਰਿਹਾ ਨਾ ਜਦੋਂ ਬੰਦਾ ਨਾ ਹੌਲੀ-ਹੌਲੀ ਕਰਕੇ ਡਿੱਗ ਰਿਹਾ ਅੱਛਾ ਜਦੋਂ ਬੰਦਾ ਨਾ ਜਵਾਨ ਹੁੰਦਾ ਜਦੋਂ ਫੇਰ ਬੁਢਾਪੇ ਵਾਲੂ ਜਦੋਂ ਵੱਧਾ ਉਹਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਗੁੱਡੀ ਰਹਿ ਜਾਂਦੇ ਆ ਜਦਨ ਇੱਕ ਵਾਰ ਬਿਮਾਰ ਹੋਇਆ ਦੁਬਾਰਾ ਮੰਜਿਓਂ ਉੱਠ ਨਹੀਂ ਹੁੰਦਾ ਜਦਨ ਉਸ ਦਿਨ ਕਜੇ ਅਹਿਸਾਸ ਹੋਣਾ ਸ਼ੁਰੂ ਹੁੰਦਾ ਉਹਨੂੰ ਕਿ ਮੈਂ ਹੁਣ ਸਿਆਣਾ ਹੋ ਚੁੱਕਾ ਹਾਂ ਉਹਨਾਂ ਚਿਰ ਅਹਿਸਾਸ ਨਹੀਂ ਹੁੰਦਾ ਇਦਾਂ ਹੀ ਜਦੋਂ ਤੁਸੀਂ ਰੋਜ਼ ਆਪਣੇ ਬੱਚੇ ਨੂੰ ਵੱਡਾ ਹੁੰਦਿਆਂ ਦੇਖਦੇ ਹੋ ਫਿਰ ਨਹੀਂ ਪਤਾ ਲੱਗਦਾ ਕਿ ਨੇੜਾ ਵੱਡਾ ਹੋ ਗਿਆ ਜਦੋਂ ਕੋਈ ਬੰਦਾ ਆ ਕੇ ਤੁਹਾਨੂੰ ਪੰਜੀ ਸੱਲੇ ਦੱਸਦਾ ਰਹੇ ਲੈ ਬਈ ਐਡਾ ਵੱਡਾ ਹੋ ਗਿਆ ਇਹ ਮੈਂ ਪੰਜ ਬਾਰੇ ਵੇਖਿਆ ਸੀਗਾ ਜਾਂ ਆਪ ਤੁਸੀਂ ਆਪਣੇ ਬੱਚੇ ਨੂੰ ਇੰਨੇ ਸਮੇਂ ਬਾਅਦ ਦੇਖੋ ਫਿਰ ਪਤਾ ਲੱਗਦਾ ਸੋ ਇਦਾਂ ਹੀ ਰੋਜ਼ ਰੋਜ਼ ਬਹੁਤ ਕੁਝ ਬਦਲ ਰਿਹਾ ਜਿਹਨੇ ਕਰਕੇ ਲੱਗਦਾ ਕਿ ਨੇ ਠੀਕ ਠੀਕ ਜਿਹਾ ਹੀ ਆ ਜਾਂ ਮੜਾ ਮੋਟਾ ਹੀ ਇਹ ਖਰਾਬ ਹੋਆ ਬਹੁਤ ਕੁਝ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਮੈਂ ਇੱਕ ਬੀਬੀਆਂ ਦੀ ਉਦਾਹਰਣ ਕੇਵਲ ਦੇ ਕੇ ਗੱਲ ਕੀਤੀ ਸੀ ਸਿਰਫ ਇਸ ਕਰਕੇ ਕਿਉਂਕਿ ਉਸ ਤੋਂ ਵੱਡੀ ਸ਼ਰਮਨਾਕ ਔਰ ਉਸ ਤੋਂ ਵੱਡੀ ਮੁਲਕ ਦੇ ਹੁਕਮਰਾਨਾਂ ਦੇ ਵਾਸਤੇ ਵੱਡੀ ਗੱਲ ਕੋਈ ਨਹੀਂ ਹੈਗੀ ਤੁਸੀਂ ਆਹ ਕੁਝ ਦੇ ਪਾਏ ਹੋ ਤੁਸੀਂ ਦੇਸ਼ ਦੇ ਲੋਕਾਂ ਨੂੰ ਜੇ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵਿੱਚ ਕਾਮਯਾਬ ਹੋਏ ਹੁੰਦੇ ਤਾਂ ਫਿਰ ਅੱਜ ਬੇਬਸ ਅਤੇ ਲਾਚਾਰ ਉਹਨਾਂ ਔਰਤਾਂ ਨੂੰ ਉਹ ਸਾਰਾ ਕੁਝ ਨਾ ਕਰਨਾ ਪੈਂਦਾ ਜਿਹੜਾ ਜਦੋਂ ਉਹ ਕਰਦੀਆਂ ਨੇ ਨਾ ਤਾਂ ਉਹਨਾਂ ਦੇ ਚਿਹਰੇ ਅਤੇ ਅੱਖਾਂ ਦੇ ਦੀ ਜਿਹੜੀ ਲੈਂਗੁਏਜ ਜਿਹੜੀ ਹੁੰਦੀ ਹੈ ਉਹਨਾਂ ਦੀ ਬਾਕੀ ਬਾਡੀ ਦੇ ਨਾਲ ਮੈਚ ਨਹੀਂ ਕਰਦੀ। ਕਈ ਸੱਜਣ ਕਹਣਗੇ ਸੱਜਣਾ ਤੂੰ ਵੀ ਦੇਖ। ਮੈਂ ਦੇਖਦਾ ਜੀ। ਮੈਂ ਵੇਖਦਾ ਨਹੀਂ ਮੈਚ ਕਰਦੀ। ਜਦੋਂ ਨਹੀਂ ਕਰਦੀ ਨਾ ਉਸ ਵੇਲੇ ਮੇਰਾ ਮੈਨੂੰ ਰੋਣ ਆਉਂਦਾ ਉਸ ਵੇਲੇ। ਇੱਕ ਉਹ ਲੋਕ ਜਿਹੜੇ ਲੁੱਚਪੋ ਐਨ ਆਪਣੇ ਚਾਂਦ ਖਿਡਾਰੀ ਜਾਂਦੇ ਹੈਗੇ ਆ। ਫਿਰ ਤੁਹਾਨੂੰ ਰੋਣ ਨਹੀਂ ਆਉਂਦਾ ਹੈਗਾ ਤੁਹਾਨੂੰ ਫਿਰ। ਫਿਰ ਤੁਹਾਡੇ ਅੰਦਰ ਕੁਝ ਹੋਰ ਤਾਂ ਜ਼ਰੂਰ ਚੱਲ ਸਕਦਾ ਪਰ ਜਦੋਂ ਉਹਨਾਂ ਬੇਵੱਸਾਂ ਨੂੰ ਜਦੋਂ ਤੁਸੀਂ ਤੱਕਦੇ ਹੋ ਨਾ ਫਿਰ ਕਾਲਜਾ ਮੂੰਹ ਨੂੰ ਆਉਂਦਾ ਫਿਰ। ਫਿਰ ਬੇਵੱਸੀ ਹੁੰਦੀ ਹੈ। ਪਈ ਪਤਾ ਨਹੀਂ ਉਹ ਔਰਤ ਉਹਦੇ ਬੱਚੇ ਨਖਰੇ ਦੁੱਧ ਪੀਣਾ ਆਖ ਰਹੇ ਉਹਨੇ ਇਹਦੇ ਦੁੱਧ ਦਾ ਪ੍ਰਬੰਧ ਕਰਨਾ ਆਖ ਰਹੇ ਉਹਨੇ ਖਰੇ ਕੀ ਕਰਨਾ ਉਹਨੇ ਪਰ ਮੈਂ ਉਹਨਾਂ ਨੂੰ ਵੀ ਜ਼ਰੂਰ ਕਹਿਣਾ ਚਾਹੁੰਗਾ ਕਿ ਮੈਂ ਆ ਗੱਲ ਕਹਿ ਕੇ ਤੁਹਾਨੂੰ ਕੋਈ ਮਾਨਤਾ ਨਹੀਂ ਦੇਣੀ ਚਾਹੁੰਦਾ ਕਿ ਤੁਸੀਂ ਮੈਨੂੰ ਕਹਤਾ ਜੀ ਪਈ ਠੀਕ ਆ ਤੁਸੀਂ ਇਦਾਂ ਕਰ ਸਕਦੇ ਨਹੀਂ ਕਰ ਸਕਦੀਆਂ ਤੁਸੀਂ ਆਪਣੇ ਇਤਿਹਾਸ ਵੱਲ ਝਾਤ ਮਾਰ ਕੇ ਵੇਖੋ ਜਿਹੜੀਆਂ ਪੰਜਾਬਣਾਂ ਨੇ ਚਾਹੇ ਪੰਜਾਬ ਤੋਂ ਬਾਹਰ ਤੁਹਾਡੇ ਵੀ ਜੜ ਜੜੇ ਸੂਬੇ ਵਿੱਚ ਤੁਸੀਂ ਰਹਿੰਦੇ ਹੋ ਉਹਨਾਂ ਉਹਨਾਂ ਸੂਬਿਆਂ ਦੇ ਵਿੱਚ ਆਪਣੇ ਤੁਹਾਡੇ ਪੂਰਵਜ ਕੋਈ ਨਾ ਕੋਈ ਤਾਂ ਹੋਣਗੇ ਸੂਰਬੀਰ ਬਹਾਦਰ ਉਹਦੇ ਬਹਾਦਰ ਕਿ ਨਹੀਂ ਹੋਣਗੇ ਉਹਨਾਂ ਵੱਲੇ ਝਾਤ ਮਾਰ ਕੇ ਦੇਖੋ ਤੁਸੀਂ ਉਹਨਾਂ ਦੇ ਵਾਰਿਸ ਹੋ ਜਿਨ੍ਹਾਂ ਨੇ ਲੋਕਾਂ ਦੀ ਖਾਤਰ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ ਨੇ ਜਿਹੜੇ ਸੂਰਬੀਰ ਬਹਾਦਰ ਜੋਧੇ ਨੇ ਅਰੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਤੁਸੀਂ ਕੁਝ ਹੋਰ ਕਰ ਸਕਦੇ ਹੋ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦੇਂਦੇ ਤੋਟ ਨਾ ਬਈ ਅਗਣਤ ਭਰੇ ਪੰਡਾਰ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਵਿੱਚ ਜੀਵ ਪਾਇਣ ਤਿੰਨ ਵੀ ਰੋਜੀ ਦੇ ਉਥੇ ਹਟਣਾ ਚੱਲਈ ਨਾ ਕੋ ਕਿਰਸ਼ ਕਰੇ ਇੱਕ ਉਦਾਹਰਣ ਹੋਰ ਦੇ ਕੇ ਸਮਾਪਤੀ ਕਰ ਦਿੰਨਾ ਮੁਲਕ ਦੇ ਹਾਲਾਤ ਤੁਸੀਂ ਅੱਜ ਕਿਸੇ ਵੀ ਮੁਲਕ ਦੇ ਤੁਸੀਂ ਅੱਜ ਕਿਸੇ ਵੀ ਸਟੇਟ ਦੇ ਵਿੱਚ ਜਾਓ ਕਿਸੇ ਵੀ ਸ਼ਹਿਰ ਦੇ ਵਿੱਚ ਜਾਓ ਕਿਸੇ ਵੀ ਸ਼ਹਿਰ ਦੇ ਜਿਹੜੇ ਹੋਟਲ ਹੁੰਦੇ ਨੇ ਤੁਸੀਂ ਉਹਨਾਂ ਦੇ ਬਾਹਰ ਸ਼ਾਪਿੰਗ ਮਾਲਾਂ ਦੇ ਬਾਹਰ ਚੱਲ ਜਾਓ ਤੁਸੀਂ ਰੇੜੀਆਂ ਲੱਗੀਆਂ ਹੁੰਦੇ ਨੇ ਖਾਣ ਪੀਣ ਵਾਲੀਆਂ ਉੱਥੇ ਚੱਲ ਜਾਓ ਤੁਸੀਂ ਵੱਡੇ ਵੱਡੀਆਂ ਦੁਕਾਨਾਂ ਦੇ ਵਿੱਚ ਚੱਲ ਜਾਓ ਤੁਸੀਂ ਹੋਟਲਾਂ ਤੁਸੀਂ ਬੱਸ ਸਟੈਂਡ ਤੁਸੀਂ ਰੇਲਵੇ ਸਟੇਸ਼ਨ ਤੁਸੀਂ ਕੱਪੜੇ ਦੀਆਂ ਦੁਕਾਨਾਂ ਤੁਸੀਂ ਜਿੱਥੇ ਮਰਜ਼ੀ ਚਲ ਜਾਓ ਧਾਰਮਿਕ ਸਥਾਨਾਂ ਤੇ ਤਾਂ ਹੈ ਹੀ ਆ ਜੀ ਤੁਹਾਨੂੰ ਉੱਥੇ ਛੋਟੇ-ਛੋਟੇ ਬੱਚੇ ਤੇ ਜਨਾਨੀਆਂ ਤੁਹਾਨੂੰ ਮੰਗਦੀਆਂ ਹੋਈਆਂ ਨਜ਼ਰ ਆਉਣਗੀਆਂ ਉਹਨਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ ਬਹੁਤ ਹੀ ਜ਼ਿਆਦਾ ਹੈ ਉਹ ਮੂੰਹ ਚੜਾਉਂਦੀਆਂ ਨੇ ਇਸ ਮੁਲਕ ਦੇ ਹੁਕਮਰਾਨਾਂ ਦਾ ਉਹਨਾਂ ਹੁਕਮਰਾਨਾਂ ਦਾ ਖਾਸ ਕਰਕੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਹਮਾਰਾ ਮੁਲਕ ਵਿਕਾਸ ਕੀ ਬੁਲੰਦੀਆਂ ਕੋਛੂ ਰਹਾ ਹੈ ਐਦਾਂ ਦੇ ਹਾਲਾਤਾਂ ਵਿੱਚ ਆਮ ਲੋਕ ਤੁਸੀਂ ਸੋਚੋ ਕਿ ਤੁਸੀਂ ਕੀ ਕਰਨਾ ਤੁਸੀਂ ਜ਼ਰੂਰ ਸੋਚੋ ਕਿ ਤੁਹਾਨੂੰ ਕੀ ਕੀਤੇ ਜਾਣ ਦੀ ਜ਼ਰੂਰਤ ਹੈ ਜਿਹਦੇ ਨਾਲ ਇਸ ਮੁਲਕ ਦੇ ਵਾਸ਼ਿੰਦੇ ਇਸ ਕਿਸਮ ਦੀ ਗੰਦਗੀ ਭਰੇ ਸਿਸਟਮ ਦੇ ਵਿੱਚੋਂ ਬਾਹਰ ਨਿਕਲ ਕੇ ਸਹੀ ਮੈਨੇਅ ਵਿੱਚ ਜਿਹਨੂੰ ਕਿਹਾ ਜਾਵੇ ਕਿ ਆਜ਼ਾਦੀ ਹੈ ਉਸ ਆਜ਼ਾਦੀ ਦਾ ਨਿਗਮਾਣ ਸਕਣ ਜ਼ਰੂਰ ਤੁਸੀਂ ਵੀ ਕੁਝ ਨਾ ਕੁਝ ਸੋਚਿਓ ਬਹੁਤ ਬਹੁਤ ਧੰਨਵਾਦ